ਨਮਸਕਾਰ, ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ। ਉਮੀਦ ਕਰਨੀ ਸੀ ਤੁਸੀਂ ਸਾਰੇ ਠੀਕ ਹੋ ਲਿਆ। ਔਰ ਅੱਜ ਐਕਚੁਲੀ ਮੈਂ ਬੱਲਾ ਥੋੜ੍ਹੀ ਜਿਹੀ ਲਾਈਵ ਆਈ ਸੀ, ਬੱਲਾ ਵੀ ਨਹੀਂ, ਸ਼ਾਮੀ ਨਾ ਟਾਈਮ ਸਾ, ਔਰ ਉਸਲਾ ਮੈਂ ਚੁਲਨੀ ਸੀ ਕੁਛ ਖਾਸ ਪ੍ਰੋਗਰਾਮ ਉੱਪਰ। ਔਰ ਯਕੀਨ ਮੰਨਾ ਕਿ ਮੈਂ ਸਾ ਪਤਾ ਕਿ ਉਹਨੇ ਇਤਨਾ ਇੰਤਜ਼ਾਰ ਮਾੜਾ ਕੀਤਾ ਔਰ ਬੜਾ ਅੱਛਾ ਲੱਗਿਆ। ਬੇਸਿਕਲੀ ਇਫਤਾਰੀ ਨਾ ਪ੍ਰੋਗਰਾਮ ਸਾ ਔਰ ਕਾਫੀ ਸਾਰੀ ਮਾਵਰੀ ਪੈਣੇ ਕੰਨੇ ਔਰ ਕੁਛ ਭਰਾਰਿਆਂ ਕੰਨੇ ਮਿਲੀ। ਅਸੀਂ ਅੱਜ ਰੋਜ਼ਾ ਖੋਲਿਆ ਉੱਥੇ ਸਾਰਿਆਂ, ਔਰ ਮੈਨੂੰ ਲੱਗਣਾ ਇਹ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ, ਬੜੇ ਚੰਗੇ ਹੋਣੇ। ਕੌਮੀ ਏਕਤਾ ਤਾਂ ਹੁੰਦੀ ਹੈ ਦੀ, ਬੱਚਿਆਂ ਕੀ ਵੀ ਪਤਾ ਚੱਲਣਾ। ਔਰ ਬੇਸਿਕਲੀ ਆਹਨੇ ਨਾ ਕਿ ਆਪਣੀ ਜੜ੍ਹੇ ਕੰਨੇ ਅਸੀਂ ਕੀ ਜੁੜਨਾ ਚਾਹੀਦਾ। ਤਾਂ ਬੇਸਿਕਲੀ ਜਿਹੜੇ ਅਸੀਂ ਨੇ ਦਾਦੇ ਪੜਦਾਦੇ ਸੀ, ਉਹ ਵੀ ਬੜਾ ਇਹਤਰਾਮ ਕਰਨੇ ਸੀ, ਬੜੀ ਮੁਹੱਬਤ ਸੀ ਇੱਕ ਦੂਜੇ ਨੇ, ਬੜੀ ਕਸ਼ਿਸ਼ ਸੀ। ਸੋ ਉਹਨੇ ਨਾ ਜਿਹੜਾ ਬੇਸਿਕਲੀ ਅਸੀਂ ਨਾ ਮੈਸੇਜ ਦਾ, ਉਹ ਅਸੀਂ ਅੱਗੇ ਆਪਣੀਆਂ ਜਨਰੇਸ਼ਨਾਂ ਤੱਕ ਪਹੁੰਚਾਉਣਾ ਚਾਹੀਦਾ। ਅੱਜ ਤੁਸੀਂ ਦੇਖਾ ਕਿ ਅੱਜ ਬੱਚਿਆਂ ਕੋਲ ਮਾਂ ਪਿਓ ਵਾਸਤੇ ਟਾਈਮ ਨਹੀਂ ਦਾ ਔਰ ਮਾਂ ਪਿਓ ਕੋਲ ਬੱਚਿਆਂ ਵਾਸਤੇ ਟਾਈਮ ਨਹੀਂ ਦਾ, ਹੈ ਨਾ। ਸੋ ਇਸ ਮਾਹੌਲ ਵਿੱਚ, ਇਸ ਦੌਰ ਵਿੱਚ ਅਗਰ ਕੋਈ ਇੱਕ ਦੂਜੇ ਕੋਲ ਇਤਨੇ ਦੂਰ ਦੂਰ ਗੱਛਾ ਟਾਈਮ ਕੱਢੀ, ਮੈਨੂੰ ਲੱਗਣਾ ਕਿ ਇਸ ਤੋਂ ਅੱਛੀ ਤਰਬੀਅਤ ਹੋਈ ਨਹੀਂ ਸਕਣੀ। ਬੱਚੇ ਵੀ ਜਿਹੜੇ ਦੇਖਣੇ ਸੁਣਨੇ ਔਰ ਆਪਣਾ ਵੀ ਚੰਗਾ ਲੱਗਣਾ। ਅਤੇ ਬਸ ਫਿਰ ਕੁਛ ਫੋਟੋ ਵਗੈਰਾ ਵੀ ਹੋਏ ਸੀ, ਲੇਕਿਨ ਫੋਟੋ ਮੜਕੀ ਵਾਲੇ ਪੁੱਜੇ ਨਹੀਂ। ਅਤੇ ਜਿਸ ਤਰ੍ਹਾਂ ਪੁੱਛ ਲਈ, ਮੈਂ ਜ਼ਰੂਰ ਫੇਸ ਉੱਪਰ ਚਾੜ ਸਾਂ ਔਰ ਮੈਂ ਫਿਰ ਸਾਰਿਆਂ ਕੀ ਇਹ ਚੀਜ਼ ਆਖ ਸਾਂ ਕਿ ਦੇਖਾ ਇਹ ਬਹੁਤ ਮੁਕੱਦਸ ਮਹੀਨਾ ਦਾ ਔਰ ਲੇਕਿਨ ਮੈਂ ਕੀ ਇਹ ਲੱਗਣਾ ਕਿ ਅਸੀਂ ਕਿ ਸਿਰਫ ਇਸ ਮਹੀਨੇ ਜਿਹੜੇ ਉਸ ਰੱਬ ਆ ਜਿਹੜੇ ਅਸੀਂ ਕਿ ਮਤਲਬ ਇੰਸਟਰਕਸ਼ਨਸ ਜਿਹੜੇ ਰੂਲਸ ਬਣਾਏ ਨੇ ਇਸ ਮਹੀਨੇ ਫਾਲੋ ਨਹੀਂ ਕਰਨੇ, ਹਮੇਸ਼ਾ ਫਾਲੋ ਕਰਨੇ ਚਾਹੀਦੇ। ਹਮੇਸ਼ਾ ਅਸੀਂ ਕਿ ਆਪਣੇ ਉਸ ਰੱਬ ਨੇ ਜਿਹੜੀਆਂ ਟੀਚਿੰਗਸ ਦੀਆਂ ਉਹਨੇ ਉੱਪਰ ਯੂ ਨੋ ਫੋਕਸ ਰਹਿਣਾ ਚਾਹੀਦਾ ਔਰ ਆਪਣੇ ਆਸ ਪਾਸ ਮਦਦ ਕਰਨੀ ਚਾਹੀਦੀ, ਹੈ ਨਾ, ਸਾਰੇ ਲੋਕਾਂ ਦੀ। ਸੋ ਤੁਸੀਂ ਯਕੀਨ ਮੰਨਾ ਕਿ ਮੈਂ ਡਿਸਟੈਂਸ ਬਹੁਤ ਦੇ ਇੱਥੇ ਟਰੈਵਲ ਦਾ, ਸੋ ਥੱਕੀ ਹੈ ਨਾ ਬੰਦਾ, ਔਰ ਟ੍ਰੈਫਿਕ ਇਤਨੀ ਸੀ ਸ਼ਾਮੀ ਮੈਂ ਗਈ ਕਿਉਂਕਿ 6:30 ਪੌਣੇ 7 ਨੇ ਕਰੀਬ ਅੱਜ ਟਾਈਮ ਸਾ ਇਫਤਾਰੀ ਨਾ। ਸੋ ਕਾਫੀ ਲੰਬਾ ਟਰੈਵਲ ਕਰੀ ਔਰ ਫਿਰ ਉੱਥੇ 7:45 ਹੋਈ ਔਰ ਵਾਪਸ ਮੈਂ ਆਈ ਸੀ ਔਰ ਬੜਾ ਟ੍ਰੈਫਿਕ ਸਾ ਇਹਨੇ ਵੀ, ਬਹੁਤ ਲੇਟ ਮੈਂ ਘਰ ਪੁੱਜੀ ਸੀ। ਅਤੇ ਅੱਛਾ ਲੱਗਣਾ ਇੱਕ ਦੂਜੇ ਨੇ ਕਲਚਰ ਕੇ ਦੇਖਣਾ ਸਮਝਣਾ। ਔਰ ਸਭ ਤੋਂ ਬੜੀ ਗੱਲ ਮੈਂ ਤੁਸੀਂ ਦੱਸਾਂ ਕਿ ਮੈਂ ਕੀ ਚੰਗਾ ਕਿਉਂ ਲੱਗਿਆ, ਮੈਂ ਕਿ ਜੰਮੂ ਯਾਦ ਆਇਆ ਕਿਉਂਕਿ ਅਸੀਂ ਨੇ ਜੰਮੂ 'ਚ ਇਸੇ ਤਰ੍ਹਾਂ ਕਲਚਰ ਦਾ ਸਾਰੇ ਇਕੱਠੇ ਬਹਿਣੇ, ਉੱਠਣੇ, ਮਿਲਣੇ, ਖਾਣੇ ਪੀਣੇ। ਸੋ ਮਾਜ਼ਰਤ, ਸੋ ਜੰਮੂ ਮੈਂ ਕੀ ਯਾਦ ਆਇਆ ਕਿਉਂਕਿ ਜੰਮੂ ਨਾਲ ਅਸੀਂ ਨਾ ਕਲਚਰ ਇਸ ਤਰ੍ਹਾਂ ਦਾ। ਬਾਕੀ ਇਹ ਜਿਹੜੀਆਂ ਚੀਜ਼ਾਂ ਦੀਆਂ ਅਸੀਂ ਕਿ ਅੱਗੇ ਵੀ ਯਾਦ ਰੱਖਣੀਆਂ ਚਾਹੀਦੀਆਂ ਔਰ ਹਰ ਦਿਨ ਅਸੀਂ ਕਿਸ ਤਰ੍ਹਾਂ ਕਰਨਾ ਚਾਹੀਦਾ, ਨੇਕੀ ਨੇ ਕੰਮ ਜਿਹੜੇ ਅਸ ਕਰਨੇ ਹਨ, ਨੇਕੀ ਨੇ ਕੰਮ ਇੰਨੀ ਗੱਲ ਕਰ ਲਈ ਨਹੀਂ ਇਸਮੈਂ। ਔਰ ਬਾਕੀ ਵਿਸਾਖੀ ਲਈ ਨਹੀਂ, ਔਰ ਵਿਸਾਖੀ ਤੋਂ ਪਹਿਲੇ ਹੋਲੀ ਹੈ ਨਹੀਂ ਲੈਣੀ। ਸੋ ਸਤਿ ਸ਼੍ਰੀ ਅਕਾਲ ਹਰਦੀਪ ਜੀ। ਸੋ ਹੋਲੀ ਹੈ ਨਹੀਂ ਲੈਣੀ, ਤਾਂ ਹੋਲੀ 'ਚ ਵੀ ਖੂਬ ਧੜਾਕਾ ਉਸੀ। ਹਰਵਿੰਦਰ ਜੀ, ਮੈਂ ਠੀਕ ਹੂੰ। ਸੋ ਸ਼ਾਹਿਦ ਕਸ਼ਮੀਰੀ ਜੀ, ਆਸਿਫ ਰਹੀਮ ਜੀ, ਵਾਲੇਕੁਮ ਸਲਾਮ।
ਜਾਵੇਦ ਅਬੂ ਅਬਦੁੱਲਾ ਸਾਹਿਬ ਸਲਾਮ। ਸੋ ਹਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸੋ ਹੋਲੀ ਅਸੀਂ ਕੁਛ ਹੋਲੀਆਂ ਨੇ ਫੋਟੋ ਵਿੱਚ ਅਸ ਕੋਸ਼ਿਸ਼ ਕਰ ਸਾਂ ਮੈਂ ਚਾੜ ਸਾਂ ਔਰ ਬਸ ਮੈਂ ਕੀ ਲੱਗਦਾ ਕਿ ਮਾਜ਼ਰਤ ਬਾਸਿਤ ਕਸ਼ਮੀਰੀ ਜੀ ਵਾਲਕੁਮ ਸਲਾਮ। ਮੁਕੇਸ਼ ਰਾਣਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ। ਮੈਂ ਕੀ ਲੱਗਣਾ ਕਿ ਇਹ ਜਿਹੜੀਆਂ ਵੀ ਚੀਜ਼ਾਂ ਜਿਤਨੀ ਪਿਆਰ ਮੁਹੱਬਤ ਜਿਤਨੀ ਪੋਜ਼ਿਟਿਵਿਟੀ ਅਸ ਬਣ ਨਹੀਂ ਸਕਦੇ ਨਾ ਅਸੀਂ ਬਣਨੀ ਚਾਹੀਦੀ। ਸਰਫਰਾਜ਼ ਜੀ ਬਹੁਤ ਸ਼ੁਕਰੀਆ। ਔਰ ਤੁਸੀਂ ਕਿ ਮੈਂ ਸ਼ਾਇਦ ਵਿਸਾਖੀ ਉੱਪਰ ਵੀ ਇੱਕ ਸਰਪ੍ਰਾਈਜ਼ ਦਿਆਂ। ਕੁਛ ਤਾਂ ਅਸ ਅੱਗੇ ਕਰਨੇ ਹਨ, ਅਸ ਆਪਣੇ ਇਸ ਕੰਮ ਕੀ ਅੱਗੇ ਵਧਾਉਣੇ ਲੈਣੇ ਹਨ ਜਿਹੜਾ ਕੰਮ ਮੈਂ ਸ਼ੁਰੂ ਕੀਤਾ 2018 ਇੰਚ। ਔਰ ਤੁਸੀਂ ਸਾਰੇ ਦੇਖ ਲਿਆ ਔਰ ਮੈਨੂੰ ਲੱਗਣਾ ਕਿ ਉਹ ਸਰਪ੍ਰਾਈਜ਼ ਬੜਾ ਅੱਛਾ ਹੋ ਸੀ। ਕੁਛ ਚੀਜ਼ਾਂ ਅਸ ਪਲਾਨ ਕਰ ਲੈਣੇ ਹਨ, ਠੀਕ ਹੈ ਜੀ। ਤੁਸੀਂ ਦੇਖਾ ਕਿ ਮੈਂ 2 ਮਿੰਟ ਹੀ ਗੱਲ ਕਰਨੇ ਆ, ਲੇਕਿਨ ਮੈਂ ਅੱਜ ਕਿੰਨਾ ਸਫ਼ਰ ਕੀਤਾ ਕਿ ਥੱਕੀ ਨਹੀਂ ਸਮੈਂ। ਜੀ, ਤੁਸੀਂ ਗੌਰਾਤ ਹੋ ਰਿਹਾ ਪਲੰਦਰੇ, ਤੁਸੀਂ ਮੈਂ ਕੀ ਜ਼ਰੂਰ ਯਾਦ ਕਰਵਾਇਆ ਕਰਾਂ। ਇਦਰੀਸ ਮਹਿਮੂਦ ਸਰਦਾਰ ਜੀ, ਵਾਲੇਕੁਮ ਸਲਾਮ ਜੀ। ਲਾਲਾ ਖਾਨ ਬਲੋਚ ਜੀ, ਹੈਲੋ ਜੀ, ਹੈਲੋ ਜੀ। ਸੋ ਆਹੀ ਨਾ ਮਤਲਬ ਇਹ ਸਾ ਕਿ ਇਸ ਮੁੱਦੇ ਉੱਪਰ ਬੜੀਆਂ ਸਾਰੀਆਂ ਗੱਲਾਂ ਆਉਂਦੀਆਂ ਔਰ ਬੜੀਆਂ ਸਾਰੀਆਂ ਗੱਲਾਂ ਕਰਨ। ਰਾਜਾ ਆਯਾਜ਼ ਭਾਈ, ਵਾਲੇਕੁਮ ਸਲਾਮ। ਜਾਵੇਦ ਅਖਤਰ ਜਨਜੂਆ ਸਾਹਿਬ, ਵਾਲੇਕੁਮ ਸਲਾਮ। ਖਾਲਿਦ ਰਾਜਾ ਸਾਹਿਬ, ਨਾਈਸ, ਸ਼ੁਕਰੀਆ ਜੀ। ਫੈਸਲ ਕਸ਼ਮੀਰ ਸਾਹਿਬ, ਬਸ ਠੀਕ। ਔਰ ਮੜਕੀ ਕੋਈ ਚੌਧਰੀ ਫਰਿਆਦ ਬਦਾਨ ਸਾਹਿਬ, ਸਲਾਮ ਅਰਜ਼ ਹੈ। ਵਾਲੇਕੁਮ ਸਲਾਮ ਭਾਈ, ਕੀ ਹਾਲ ਹੈ? ਠੀਕ ਹੋ? ਮੀਰਪੁਰ ਤੋਂ ਫਰਿਆਦ ਭਾਈ ਦੇ। ਔਰ ਫੈਸਲ ਕਸ਼ਮੀਰ ਕੀ ਭੇਜਿਆ ਔਰ ਕੀ ਐਡ ਕਰ ਲਈ ਨਹੀਂ ਸੁਣ। ਦੇਖੋ ਉਹਨੇ ਨੈਟ ਨਾ ਚੱਲਦਾ ਜਾਂ ਗਲਤੀ ਕਰਨੀ ਹੋਈ ਆ। ਆਲ ਦਾ ਵੇ ਫਰੋਮ ਯੋਰ ਡਡਿਆਲ, ਵਾਓ। ਅੱਛਾ, ਕਾਰੀ ਸਦੀਕ ਸਾਹਿਬ, ਵਾਲੇਕੁਮ ਸਲਾਮ ਜੀ। ਮਕਸੂਦ ਮੀਆਂ, ਸਲਾਮ ਅਲੈਕੁਮ। ਦੇਵਰਾਜ ਪਰਮਾਰ ਸਾਹਿਬ, ਇਹ ਫੈਸਲ ਕਸ਼ਮੀਰੀ ਸਾਹਿਬ, ਤੁਸੀਂ ਨਾ ਕੁਛ ਨੈਟ ਨਾ ਇਸ਼ੂ ਦਾ ਮੈਨੂੰ ਲੱਗਣਾ ਤੁਸੀਂ ਅਟੈਂਡ ਕਰਨੇ ਲੈਣੇ ਆ, ਬਟ ਹੋਣਾ ਨਹੀਂ ਲੈਣਾ। ਇੱਕ ਜੁਆਇਨਿੰਗ ਹੈ ਨਾ ਲੈਣੇ ਸਾ, ਲੇਕਿਨ ਫਿਰ ਕੁਛ ਗੜਬੜ ਗਿਆ ਇਹਨੇ ਨਾ। ਖਾਂਗੀ ਨਸਨੀਆ ਲੈ ਗਈ ਨਹੀਂ ਦੀ, ਤੁਸੀਂ ਪਿੱਛੇ ਬੈਕਗ੍ਰਾਉਂਡ ਵਿੱਚ ਆਵਾਜ਼ ਸੁਣਨੇ ਹੋ ਲਿਆ। ਦੇਵਰਾਜ ਪਰਮਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮੀਨੂ ਸ਼ਾਂਤੀ ਜੀ, ਰਾਮ ਰਾਮ ਜੀ। ਸ਼ਾਇਦ ਆਪਕੋ ਨੀਂਦ ਆ ਰਹੀ ਹੈ ਸਿਸਟਰ। ਨੀਂਦਰ ਨਹੀਂ, ਅੱਜ ਮੈਂ ਬਹੁਤ ਦੂਰ ਗਈ ਸੀ, ਬੜਾ ਲੰਬਾ ਟਰੈਵਲ ਕੀਤਾ, ਸੋ ਥੋੜ੍ਹੀ ਜੀ ਥਕਾਵਟ ਹੋਈ ਹੈ ਨਹੀਂ ਜੀ। ਵਾਲੇਕੁਮ ਸਲਾਮ, ਮੁਹੰਮਦ ਯੂਨਸ ਨਾਦਿਮ ਸਾਹਿਬ। ਅਰੁਣ ਸੁਦਨ ਜੀ, ਨਮਸਤੇ ਜੀ, ਨਮਸਤੇ। ਸ਼ੁਕਰ ਹੈ ਰੱਬ ਕੀ ਜ਼ਾਤ ਕੇ, ਆਪ ਸੁਣਾਓ ਕੈਸੇ ਜੀ। ਫਰਿਆਦ ਭਾਈ ਸਭ ਠੀਕ, ਔਰ ਹਿਦਾਇਤ ਰਹਿਮਾਨ ਸਾਹਿਬ ਕੈਸਾ? ਰਾਜਾ ਸਾਹਿਬ ਬਸ ਜੀ ਸਭ ਠੀਕ। ਮਕਬੂਲ ਨਿਆਜ਼ ਸਾਹਿਬ, ਖਾਲਿਦ ਭੱਟ ਸਾਹਿਬ, ਸ਼ਬੀਰ ਰਾਠੌਰ ਸਾਹਿਬ। ਓਕੇ ਓਕੇ ਓਕੇ, ਖਾਲਿਦ ਭੱਟ ਜੀ, ਮੈਂ ਸਾਰੇ ਨਾਮ ਬਸ ਇੱਕ ਇੱਕ ਵਾਰੀ ਪੜ੍ਹੀ। 19, ਦੀਪਕ ਬਗਿਆਲ ਸ਼ਰਮਾ ਜੀ। ਸੋ ਬੇਸਿਕਲੀ ਪੁਲਿਸ ਜਿਹੜੀ ਡਿਸਟ੍ਰਿਕਟ ਪਲੰਦਰ ਸਤਨੋਤ ਹੀ ਅੱਛਾ। ਇਦਰੀਸ ਮਹਿਮੂਦ ਸਰਦਾਰ ਸਾਹਿਬ, ਇਹ ਆਖਨੇ ਕਿ ਮੈਂ ਤਰਾੜਖਲ ਤੋਂ ਵਿਲੇਜ ਫੁਲਝੜੀ ਡਿਸਟ੍ਰਿਕਟ ਪਲੰਦਰੀ।
सैयद मुजस्सर, रोमी जी नमस्ते, कैसे हो जी? मैं ठीक हूँ मुदस्सर साहब। राजा अयास सिद्दीक साहब, नजर नाल जुकाम, नहीं, कख नहीं, ना ठीक दिस इनाम रबानी साहब, सरदार मुस्लिम खान साहब, रोमी शर्मा, सलाम खान आफ्ताब साहब, वालेकुम सलाम जी। लास्ट ट्राई में कर सा ए फैजल कश्मीरी साहब से कहने जुड़ना चाहने और हेलो जी, हेलो, नमस्कार, सलाम वालेकुम, ठीक हो? तुस अस्सलाम फाइनली तुसे वालेकुम। कोशिश रंग लाई के तुस ज्वाइन करी हलते आसे के। बिल्कुल बिल्कुल, ऐसी ही गल है, ये गल है। बड़ी मुद्दत बाद ट्राई की और एक जोड़ हो गया, ऊपर नहीं बरसी हो तो की भी हो सकता। बहुत शुक्रिया, कुथू बोलने लेने हैं, तुस कुथू गल कर लेने हैं। मैं बेसिकल आजाद कश्मीर जिसे आने, आजाद कश्मीर अजीरा सी, जो मैं मुकीम दुबई होने आस। अच्छा, अजीरा तू मड़ा भरा भी दा, तुस भी अजीरे ने दिया, चलो गुड। सो दुबई जीरा, होने हाँ है मैं तू साइकिल? दुबई होने आस। अच्छा, मैं लगना कि अद्धे तू ज्यादा जड़े बड़े भरा दोस्त परिवार बाहर है रे सारे हैं, कोई दुबई, कोई सऊदी, कोई इराक, कोई जर्मनी, मतलब कोई कोना नहीं था दुनिया ना जिथे के ऐसे लोग ना हो। पहले कश्मीरी अंजाम वकील है अपने आप ही तो तो पाड़ी आ कश्मीरी आ लिया, तो कश्मीरी आ लिया तो मैं खुला सही पी सही। पहाड़ी एक बेसिकली लफ्ज जहाँ चढ़े जाना पहाड़ी है यहाँ, लेकिन जहाँ लफ्ज चढ़ी है जबाने पर पहाड़ी, कश्मीरी 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 चढ़ी है वो काफी दोस्त आने, तुझ नहीं पहाड़ी हो, तुझ कश्मीरी कश्मीरी आने आने कश्मीरी आने, मैं चलने दियो जा, चलना चलने दियो उस। मैं समझ नहीं, लेकिन चलने दोस्त नहीं बताया क्या? ये बड़ा इंपॉर्टेंट चीज दी, देखा जी आसे ने पासा है इस बारी, तुसने देखा ना पीछे में प्रोग्राम भी कीते जड़े पहाड़ियों की एसटी लब्बा, मतलब उसने काफी उन्हें की फायदा भी दा गल आए ने, मतलब ये था कि ऐसे नहीं पहचान भी ना अपनी, देखा तुस उन जड़े कश्मीरी दे, तुस अगर उन्हें नहीं जुबान दे लिया बिल्कुल अलग दी, ऐसे की समझ नहीं इन ली बिल्कुल अलग दी। सो आस अपने आप की फिर कश्मीरी किस तरह आने, अगर अस सही जड़े कश्मीर कश्मीरी दे ना, कश्मीर ने जड़े श्रीनगर ने अस अगर उन्हें की आहने के तुस अपनी स्टेज आर असें की चढ़ने दिया, ओ नहीं तुसे की स्टेज आर चढ़ने देने, मैं कहने शक लाई ना, समझे तुस? सो अस की फकर कने आना चाहिए कि अस पहाड़िए दे हैं, बिल्कुल ये गल है, चलो चलो उन्नी भी हुई है असने गल दादे है। तेरे पहाड़िए दे ना सारे, तुस भी कड़ी खाने हो लिया, सोए ना साग खाने हो लिया, कोलियाड़ा ना साग खाने हो लिया, मक्खन है ना? नहीं, दुबई याद है ना कि गुड़गांव नहीं है करनिया रोटियां, अम्मी ने गुड़गांव। अर्थनिया। और अरुमी शर्मी साहब कहने के तुसने आसने एक बड़ा बहुत बड़ा शिकवा आया, एक थोड़ा शिकवा? नहीं बहुत बड़ा आसने, बाज का लोग बहुत शिकवा ने उन्हें आवों के उन्हें पासे लोके काट ऑन नो सुपर लाइव नो आसे ज्यादा है नो मैं है ना गल हो सी पैगाम जाई शोर सा नहीं, तुझ देखा फैजल भाई की मैं हमेशा बड़ी कोशिश ये होनी कि जो भी सामने ए ना चाहे तो मैं आना चाहनी, बिकॉज मेरे मेन जड़ी कोशिश देखे अस अपनी जुबानी गल करा ताकि अस अपनी जुबान प्रमोट हो है, और ता मैं तुसे कने ज्यादा गल करनी खास कर दी पारले पासे कने, क्योंकि अस 75 साल हुए बिछड़े आनन, ये जरा पीपल टू पीपल कनेक्ट दा ये बड़ा जरूरी दा, इस करी मेरी कोशिश होनी कि चलो उधरा तुस और इधरा मड़े इधरा भी लोग सामने अच्छे हैं, ताकि पीपल टू पीपल कनेक्ट जड़ा हुआ है ना ये ऐसे कि जब तक एक दूसरे कने गल ना करने नजरियात सामने ना आए ले
ਅਸ ਕਿਸ ਤਰ੍ਹਾਂ ਮਿਲਨੇ ਹਨ ਤੁਸੀਂ ਮੈਨੂੰ ਦੱਸਾ, 75 ਸਾਲ ਹੋਈ ਹੈ ਨਾ ਅਸੀਂ ਕਿ ਦੂਰ ਹੋਏ ਨੇ। ਬਿਲਕੁਲ, ਬੜੀ ਇੱਕ ਗਹਿਰੀ ਮੁਹੱਬਤ ਹੋ ਸਕਦੀ ਹੈ ਯਾਰ। ਤੁਸੀਂ ਆਖ ਸਕਦੇ ਆ ਕਿ ਦਿਲਾਂ ਨੇ ਦਰਦ ਬੜੇ ਡਾਢੇ ਹੋਣੇ, ਔਰ ਤੁਸੀਂ ਬਸ ਸਮਝ ਸਕਦੇ ਆ ਕਿ ਆ ਕਹਿ ਰਹੇ। ਦੇਖਾ ਇਹ ਦਰਦ ਦੇ, ਔਰ ਤੁਸੀਂ ਯਕੀਨ ਮੰਨਾ ਕਿ ਜਿਸ ਵੇਲੇ ਪ੍ਰੋਗਰਾਮ ਸ਼ੁਰੂ ਕੀਤਾ ਮੈਂ, ਤੁਸੀਂ ਦੇਖਿਆ ਉਸੀ ਮੈਂ ਕਿ ਇੰਨੀਆਂ ਉਬਾਸੀਆਂ ਨਹੀਂ ਸੀਆਂ, ਮੈਂ ਅੱਜ ਇੰਨੀ ਥੱਕੀ ਨਹੀਂ ਸੀ, ਮੈਂ ਦੂਰ ਗਈ ਨਹੀਂ ਸੀ ਮੈਂ ਕੁਤੇ ਪ੍ਰੋਗਰਾਮ ਵਿੱਚ, ਔਰ ਫਿਰ ਵੀ ਅੱਛੀ ਮੈਂ ਅੱਜ ਥੋੜਾ ਮੈਂ ਨਹੀਂ, ਮੈਂ ਚਲੋ 10 ਮਿੰਟ ਹੈ ਲਾਈਵ ਪ੍ਰੋਗਰਾਮ ਕਰਾਂ। ਮੈਂ ਤਾਂ ਵੈਸੇ ਇਹ ਦੱਸਿਆ ਕਿ ਸਮਝ ਤੁਸੀਂ ਮਨਸਾ 2019-18 ਵਿੱਚ ਮੈਂ ਘਰ ਆਉਣਾ ਸੀ, ਤੇ ਮਾਈ ਦਾਦੀ ਦੀ ਉਮਰ 111-12 ਸਾਲ ਸੀ, ਤੇ ਬੜੇ ਅੱਛੇ ਹੋਣਾ ਸੀ ਉਹਨੇ, ਮੈਂ ਗੱਲ ਗੱਲ ਬੋਈ ਨਾ ਸੀ, ਤੇ ਤੁਸੀਂ ਨਾ ਚੈਨਲ ਮੈਂ ਅਮੀਤ ਕਮਰਾਨ ਸਾਹਿਬ ਦੇ ਪਹਾੜੀ ਸਾਹਿਬ ਦੇ ਰਾਣਾ ਕੋਟਾ ਦੇ ਅੰਦਰ ਅਮੀਤ ਕਮਰਾਨ ਸਾਹਿਬ ਉਸੇ ਪੋਸਟ ਚਾੜੀ ਸੀ ਕਿ ਹਾਲਾਂਕਿ ਤੂੰ ਅਹੀਆ ਦੇ ਉਹ ਲੋਕ ਨਹੀਂ ਮਿਲੇ ਕਿਉਂ, ਤਾਂ ਉਹਨੇ ਦੱਸਿਆ ਕਿ ਰੋਮੀ ਸ਼ਰਮਾ ਦਾ ਪੇਜ ਦੇਖਿਆ ਤਾਂ ਉਹਨੇ ਫਾਲੋ ਕਰਤਾ। ਮੈਂ ਇੱਕ ਵਾਰੀ ਘਰ ਤੁਸੀਂ ਨਾ ਲਾਈਵ ਛੜਿਆ, ਤੁਸੀਂ ਲਾਈਵ ਛੜਿਆ ਪੇਜ ਲਿਆ, ਉਹ ਮੈਂ ਦੱਸ ਨਹੀਂ, ਮੈਂ ਮਸਾ ਦੇਖੀ ਲਓ ਜਨਮਾਜ਼ਾ ਪਰ ਬੈਠਾ ਰਿਹਾ, ਮੈਂ ਮਸਾ ਨਮਾਜ਼ ਪੜ੍ਹਨਾ ਸੀ, ਯਕਦਮ ਮਾੜੇ ਖਿਆਲ ਤੁਸੀਂ ਨਹੀਂ ਵੀਡੀਓ ਆਨਲਾਈਨ ਆਇਆ, ਮੈਂ ਚਲੋ ਕੰਮ ਟਰਾਈ ਤਾਂ ਕਰ ਲਿਆ, ਨਮਾਜ਼ ਪਾਦੀ ਥੋੜ੍ਹਾ ਜਿਹਾ ਪਰਸ ਕਰੇ ਪੜ੍ਹੀ ਦੱਸਾਂ, ਤਾਂ ਉਹ ਮਾਤਾ ਦੀ ਆਵਾਜ਼ ਬਹੁਤ, ਤੁਸੀਂ ਆਖ ਸਕਦੇ ਆ ਕਿ ਬੱਚੀ 20 ਸਾਲ ਦੇ ਬੱਚੀ ਤਰ੍ਹਾਂ ਸੀ, ਉਹ ਹੈ ਜੀ ਲਾ ਲਾ ਕੁੜੀ ਕਾ ਕੁੜੀ ਕਾ ਬੋਡੀ, ਤੇ ਮੈਂ ਲਾਇ ਤਾਂ ਉਹ ਰੋਣ ਲਈ, ਮੈਂ ਨਮਾਜ਼ਾਂ ਪਰ ਬੈਠਾ ਰਿਹਾ ਉਹ ਰੋਣ ਲਈ, ਅੱਲਾਹ ਤਾਲਾ ਉਹਨੇ ਚੰਗਾ ਦਿਨ ਅੱਲਾਹ ਕੌਮ ਤਾਂ ਫਰਮਾਇਆ ਫੋਤ ਹੋਈਏ 2020 ਵਿੱਚ ਫੋਤ ਹੋਏ, ਉਹ ਆਖਣ ਬਹੁਤ ਚੰਗੇ ਸੀ ਬਹੁਤ ਚੰਗੇ ਸੀ, ਤੇ ਇਹ ਅਸਰੇ ਮੈਂ ਕਹਿ ਰਹਾ ਉਹਨੇ ਮੂੰਹ ਤੇ ਗਾਲ ਸੀ, ਅਸਰੇ ਥੋੜੇ ਰਾਬੀ ਦੇ, ਅਸਰੇ ਥੋੜੇ ਰਾਬੀ ਦੇ, ਮੇਰਾ ਕੀ ਛੋੜੋ ਰਹਿਣ ਦਿਓ, ਤਾਂ ਮਾੜੇ ਵੈਸੇ ਤਾਂ ਮਾੜੇ ਬਾਤਾਂ ਫੋਤ ਹੋਏ ਨੇ, ਵੀ ਫੁੱਪੀ ਪਾਰਿਆ ਔਰ ਉਹ ਵੀ ਤੁਸੀਂ ਤੁਸੀਂ ਸਾਡਾ ਰਿਕਾਰਡਿੰਗ ਬਹੁਤ ਬੁਝਣੇ ਬਹੁਤ ਬੁਝਣੇ ਮਾਰੇ ਇੱਕ ਆਪਸ ਦੇ, ਉਹ ਤੁਸੀਂ ਤਾਂ ਮਾਰੇ ਖਿਆਲ ਜਦੋਂ ਨਾ ਪੂਜਾ ਡੇਟ ਰਹਿਣਾ ਸੀ ਉਹ ਤੁਸੀਂ ਬੁਝਣੇ ਆਉਣੇ ਵੀਡੀਓ ਮੈਂ ਬੁਝੋ, ਮੈਂ ਬੜੀ ਬੜੀ ਤੁਸੀਂ ਟਰਾਈ ਮਾਰੀ ਕੋਸ਼ਿਸ਼ ਕੀਤੀ ਲੇਕਿਨ ਨੈਟਵਰਕ ਪ੍ਰੋਬਲਮ ਰਹੀ, ਉਹ ਮਾਂ ਦੋਸਤ ਦੇ ਖਾਂਦਾ ਰਹਾ ਨਹੀਂ ਕੋਈ ਧਾਰਾ ਬਚਾ, ਅਸੀਂ ਵੀ ਲਾਈਵ ਇੰਨਾ ਉਹ ਅਸੀਂ ਇੰਨੇ ਨਹੀਂ ਪਾਰੇ ਪਾਸੇ ਪਾਰਨਾ ਪਾਸੇ ਮੈਂ ਇਨਸਰ ਮੁਸ਼ਕਿਲ ਨਹੀਂ ਹੈ। ਨਹੀਂ ਬਹੁਤ ਸ਼ੁਕਰੀਆ, ਔਰ ਇਹ ਦੇਖਾ ਬਜ਼ੁਰਗੇ ਨੇ ਜਿਹੜੀ ਨਾ ਦਵਾਈ ਮੜਕਣੇ ਦੀਆਂ, ਔਰ ਬਜ਼ੁਰਗੇ ਨੇ ਆਸ਼ੀਰਵਾਦ ਮੜਕਣੇ ਦੇ, ਜਿਵੇਂ ਤੁਸੀਂ ਆਨੇ ਤੁਸੀਂ ਨੇ ਦਾਦਾ ਜੀ ਜਾਂ ਤੁਸੀਂ ਫੁੱਫੋ, ਮੈਂ ਕਿ ਇਤਨਾ ਚੰਗਾ ਲੱਗਣਾ ਨਾ ਇਤਨਾ, ਔਰ ਮੈਂ ਵੈਸੇ ਵੀ ਜਦੋਂ ਆਪਣੇ ਘਰ ਗਏ ਨਹੀਂ, ਮੈਂ ਮੱਲੇ ਨੇ ਜਿਹੜੇ ਵੀ ਕੋਈ ਇੱਕਾ ਦੁੱਕਾ ਬਜ਼ੁਰਗ ਬੱਚੇ ਨੇ, ਮੈਂ ਕੱਛੀ ਉਹਨੇ ਕੋਲ ਬਹਿਨੀ, ਯੰਗ ਲੋਟ ਜਿਹੜੀ ਬੜੀ ਉਮਰ ਨੇ ਦੇਣਾ ਉਹਨੇ ਕਹਿੰਦੇ ਬੜੀ ਘੱਟ ਹੈ ਦੋਸਤੀ ਦੀ, ਮੈਂ ਕਿ ਚੰਗਾ ਲੱਗਣਾ ਬੜਿਆਂ ਵਡੇਰਿਆਂ ਕੀ ਸੁਣਨਾ। ਸੋ ਜਿਸ ਵੇਲੇ ਤੁਸੀਂ ਇਹ ਗੱਲ ਸੁਣਾਈ ਤੁਸੀਂ ਕਿ ਮੰਨਾ ਕਿ ਮਤਲਬ ਮੈਂ ਬੜੀ ਇਮੋਸ਼ਨਲ ਹੋਈ, ਸੋ ਬਹੁਤ ਸ਼ੁਕਰੀਆ, ਇਹ ਤੁਸੀਂ ਸਾਰਿਆਂ ਨਾਲ ਪਿਆਰ ਮੁਹੱਬਤ ਦੀ, ਔਰ ਦੇਖਾ ਬਿਲਕੁਲ ਹੀ ਇਹ ਗੱਲ ਦੀ, ਔਰ ਇਸ ਚੀਜ਼ ਦੀ ਆਸ ਅੱਗੇ ਵਧਾਉਣੇ ਆ। ਤੁਸੀਂ ਦੇਖਾ ਤੁਸੀਂ ਮੈਂ ਇਸ ਚੀਜ਼ਾਂ ਦਾ ਬਲੀਵ ਰੱਖਦੇ ਆ, ਇੱਕ ਸਟੱਡੀ ਕਿ ਆਸ ਪੜੇ ਲਿਖਣ ਨੌਜਵਾਨ ਦੇ ਆਸ ਨਾ ਸਮਝਨੇ ਕਿ ਇਸ ਸਰਖਤਾ ਜਾਂ ਤੁਸੀਂ ਇਹ ਚੀਜ਼ਾਂ ਤੁਸੀਂ ਡਿਵਾਈਡ ਨਹੀਂ ਸਕਣੀ, ਔਰ ਉਹਨੇ ਦਾ ਵਕਤ ਅਸੀਂ ਉੱਪਰ ਉੱਪਰ ਬਲੀਵ ਹੈ, ਉਹ ਉਹਨੇ ਦਾ ਵਕਤ ਮੁਹੱਬਤ ਸਾਰੀ ਜੇ ਦਿਲ ਲੈਣੇ ਨਾ, ਇਹ ਤੁਸੀਂ ਉੱਪਰ ਨੇ ਮੁਹੱਬਤ ਮੁਹੱਬਤ ਬਣਾਇਆ ਨਾ, ਮਾਓ ਨਾਲ ਪਿਓ ਨਾਲ ਭਰਾ ਨਾਲ ਚਾਚੇ ਨਾਲ ਤਾਏ ਨਾਲ ਤੇਰਾ ਭਰਾ ਨੇ ਮੁਹੱਬਤ ਬੜੀ, ਇੱਕ ਉੱਪਰ ਨੇ ਬਹੁਤ ਗਹਿਰਾ ਰਿਸ਼ਤਾ ਜੁੜਿਆ ਨਾ, ਉਹ ਨਿਸ਼ਾਨ ਇੱਕ ਵਕਤ ਆਈ ਸੀ ਜਿਹੜੀ ਇਹ ਸਖਤ ਨਾਲ ਟੁੱਟ ਸਣ ਮੁਹੱਬਤ ਪਿਆਰ ਫਿਰ ਵਸੀ ਫਿਰ ਇੱਕਾ ਜਿਹਾ ਸੀ ਸਾਰਾ ਕੀ ਉਸੀ ਟੈਨਸ਼ਨ ਨਹੀਂ ਕਰਨੀ ਮੁਸ਼ਕਿਲ। ਬਿਲਕੁਲ ਆਈ ਤੁਸੀਂ ਇਹ ਗੱਲ ਤੁਸੀਂ ਮਾੜੀ ਗੱਲ ਹੋਣੀ ਵੀ ਕਿੰਨੀ ਖੁਸ਼ੀ ਹੋ ਲੈਣੀ ਵੀ ਪਤਾਇਆ, ਉਹਨੇ ਦਾ ਵਕਤ ਉਸੀ ਗਿਆ ਤੁਸੀਂ ਨਾ ਬੇ ਰੋਟੀ ਖਾ ਸਾ ਫਿਰ ਸਾ ਤੁਸੀਂ ਨਾ ਘਰ ਜਾ ਸਾ, ਐਸਾ ਇਹ ਵਕਤ ਆਈ ਸੀ ਉਹ ਬਹੁਤ ਜਲਦ ਆਈ ਸੀ, ਕੋਈ ਵੀ ਮਿਹਨਤ ਰਹਿ ਗਵਾ ਨਹੀਂ, ਉਹ ਕੋਈ ਵੀ ਮਿਹਨਤ ਰਹਿ ਗਵਾ ਨਹੀਂ ਜਾਣੀ, ਤੁਸੀਂ ਇਸ ਗੱਲ ਸਭ ਰਹਿ ਸਕਦੇ ਹੋ ਆਪਣੇ ਰੂਮ ਵਿੱਚ ਇੱਕ
चला गया इंडिया, चला गया छुट्टी, चला गया दोस्त एक हमारा बहुत करीबी, तो वो मियां रात भी कोई चीज चाहिए और मैं भी कोई चीज चाहिए नहीं, मोसिया ये तो जासे ना जई बत्तनी मिट्टी है उसी मास लाओ दियो, तो उस या किच पत्थर वो कहिए और ना इतनी मोहब्बत मैं सोनिया मैं अक्सर दोस्ती बना रहा हूं, सोनिया दो मां या एक वो मां जड़ा सी पेटा ही रखनी जन्म देनी और दूई मां वो जड़ी सी जमीन इतनी साड़नी पालनी खोला देनी हर एक चीज देनी, ये दो मां या वो आने ना सही गल है, पैसे बिल्कुल बस का लोग नहीं समझने असली पता है वतन ही मोहब्बत असने दिला भी कूट कूट के पढ़नी और इंसान ने मोहब्बत असने बहुत ज्यादा गहरी है तो समझ सकते फैसल भाई शुक्रिया। मैं कि इतना चंगा लगा तुसे कने गल करी ना, तुसे की पता कि लाइव एक्चुअली मैं प्रोग्राम पहले मिसिस करनी, क्योंकि मोस्टली क्या होना कि नजरियात ना डिफरेंस होना, हालांकि उसके ने प्रॉब्लम नहीं थी, लेकिन लोग ने जी मैसेंजर ही गल्ला करने उल्टे सीधे लोग भी होने, इस करी मतलब बीइंग अ औरत मैं थोड़ा सा मड़की परहेज भी करनी पैनी लोगों की लाइव इंडिया। लेकिन हाले तक मैं जितने भी लाइव प्रोग्राम है उन स्टार्ट किया, सांझी मिट्टी सांझे लोग सांझा दर्द, बड़े अच्छे अच्छे लोग हैं मिकी लब्बे, और तुसे कने गल करी मैं कि सब तो अच्छा इस करी लाया कि तुस बिल्कुल यंग दिया, मतलब असे ने अगला फ्यूचर दिया, असे ने अगली नस्ल, और तुसे ने सोच इतनी अच्छी दी, और तुसे ने नजरियात जानी मैं कि इतना अच्छा लगना, और मैं मड़की पूरी उम्मीद दी कि तुसे ने जड़े नजरियात दे तुस ये अपने आसपास अपने दोस्तें अपने कार अपने अगली फैमिली की भी दस लिया, अगर बिल्कुल ए जे सारे असे ने सोच हुई तो आज जरूर मिलने हैं, और देखा मोहब्बत जड़ी हमेशा कायम रह लिया। रघु शर्मा जी तुझ देखा कि मैं हर हर दुनिया अंदर बुरे और अच्छे लोग पाए जाने इसलिए तो बिल्कुल फिक्र नहीं करती, एक माशरे ने एक हिस्सा है अगर गंदे लोग फेंक छोड़ सकते वो भी असले माँ बहन प्राण चाहे उन्हें कुछ छोड़ सा उन्हें ना नहीं सही छोड़ना बनता इसी के असल बात एग्री उसने तुझ ठीक हो दुई गल के तुसे थोड़ा ज्यादा टाइम में नींद मैं बाखदा नमाजा पर बैठा नमाजा पर बैठा नमाज पढ़ने से हो मैं तुसे बहुत बड़ी ट्राई मारा बिना पता तुसे माला रिक्वेस्ट ही भेजी लेकिन तुसे मैं जुड़ी नहीं सकया अगर तुसे ना दारा मदार नियत ऊपर है कि तुस क्या करना चाहते हैं क्या ना करना चाहते हैं अगर तुसे दिल साफ है तो तुस तुहाड़े नदिया नाले में शिकायत दे जैसा इस चीज़ में बिलीव रखने मैं इतनी खुशी हुई ना कि मैं इतनी कदे जिंदगी खुशी हुई है नहीं जितना मैं 3 साल हुई है इतनी खुशी नहीं हुई जितनी आज बहुत शुक्रिया, और चलो तुस बैठे ने आते मड़की अपनी मड़की क्या सने सारे परिवार की अपनी दुआएं याद रखिया, और मड़ी भी तुसे सारे वास्ते ही है दुआ होनी हमेशा के सारे तुस आबाद रहा और फलने फूलने रहा, और बस जिथे भी थिया तुस मोहब्बत फैलाने रहा, और अपने आसपास जेडे भी जरूरतमंद है उन्हें नहीं तुस मदद करने रहा। ठीक है जी, बहुत बिल्कुल शुक्रिया और बड़ा चंगा लिया तुसे कने गल करी। दुआ याद रखे है अल्लाह ताला तुम्हें खुश रखे है उधर कश्मीर उसी माया तरफ हाथ बनी तो सलाम वाज रहे हैं और असली बस एक रिक्वेस्ट है शुक्रिया ओके खुदा हाफिज़ खुदा जी, खुदा हाफिज़ खुदा हाफिज़ हाफिज जी, खुदा हाफिज, बहुत शुक्रिया। माय गॉड, सही सोहेल राजा भाई, आज लोग बड़े इमोशनल ध्यान पहाड़ी, और मैं लगना कि आज अगर इमोशनल ना ना हुआ तो ये ऐसे की विरासत ही लब्बे ने जज्बात एहसास, इमोशनल ना हुआ तो अस इंसान है ध्यान, मिकी लगना कि इमोशनल होना इंसान की निशानी दी, और ये जड़े फैसल कश्मीरी भाई मतलब मड़की इतना इमोशनल करिए मैं कि तुस खुशी देखी सकने से उन्हें नहीं, उन्हें नहीं जज्बात देखी सकने से गल करने हैं, ये 75 साल ना जड़े बिछड़े ने ना ये दर्द दा
ਔਰ ਇਹ ਖੁਸ਼ੀ ਦੀ ਮੈਂ ਸੋਚਨੀ ਸੀ ਕਿ ਖੁਦ ਆਸ ਜਿਸ ਲਈ ਡਾਇਰੈਕਟ ਮਿਲ ਲਏ ਹਨ ਆਮਨੇ ਸਾਹਮਣੇ ਹੋਣੇ ਹਨ ਤਾਂ ਉਸ ਲੈ ਕੇ ਉਸੇ ਔਰ ਰੱਬ ਕਰੇ ਕਿ ਅੱਜ ਜਲਦੀ ਮਿਲੀ ਹੈ। ਬਹੁਤ ਸ਼ੁਕਰੀਆ, ਬਿਲਕੁਲ ਮੇਰੇ ਨਿੱਕੇ ਭਰਾ ਦੀ ਤਰ੍ਹਾਂ ਬਹੁਤ ਚੰਗਾ ਲਿਆ ਮੇਰੀ ਗੱਲ ਕਰੀ, ਬਹੁਤ ਚੰਗਾ ਲਿਆ। ਪਰ ਸੋਚ ਕਿਤਨੀ ਅੱਛੀ, ਮੈਂ ਸੋਚਾ ਲਈ ਨਹੀਂ, ਅਗਰ ਅਸੀਂ ਨਾ ਹਰ ਨੌਜਵਾਨ ਇਹ ਸੋਚਾ ਤੇ ਹਰ ਚੀਜ਼ ਮੁਮਕਿਨ ਦੀ, ਹਰ ਚੀਜ਼ ਮੁਮਕਿਨ ਦੀ ਮੈਂ ਅਕਸਾਂ। ਔਰ ਮੈਂ ਕਿ ਇਹ ਚੀਜ਼ ਸੁਣੀ ਜ਼ਿਆਦਾ ਚੰਗਾ ਲਿਆ ਕਿ ਉਹਨੇ ਨੇ ਜਿਹੜੇ ਦਾਦਾ ਜੀ ਸੇ 112-13 ਸਾਲੇ ਨੇ ਉਹ ਮੜੇ ਵੀਡੀਓ ਲਗਾਤਾਰ ਦੇਖਣੇ ਸੇ, ਜਾਂ ਉਹਨੇ ਨੇ ਫੁੱਫੋ ਦੀਆਂ ਉਹ ਮੜੇ ਵੀਡੀਓਜ਼ ਦੇਖਣੇ, ਇਹ ਜਿਹੜਾ ਬਜ਼ੁਰਗੇ ਨਾ ਮੜਕੀ ਪਿਆਰ ਔਰ ਜਿਹੜਾ ਬਜ਼ੁਰਗੇ ਨਾ ਮੜਕੀ ਇੱਕ ਦੁਆ ਹੀ ਲੱਭਣੀ ਹੈ ਨਾ, ਉਸ ਤੋਂ ਜ਼ਿਆਦਾ ਕੀਮਤੀ ਕੱਖ ਵੀ ਨਹੀਂ ਦਾ ਮੜੇ ਸਤਾ। ਮੈਂ ਹਮੇਸ਼ਾ ਇਹ ਚੀਜ਼ ਸੋਚਣੀ ਹੋਣੀ ਸੀ ਔਰ ਮੈਂ ਆਪਣੇ ਮੰਮੀ ਡੈਡੀ ਕੀ ਵੀ ਇਹ ਚੀਜ਼ ਆਨੀ ਹੋਣੀ ਸੀ ਕਿ ਮੜਕੀ ਜਿਹੜੇ ਬਜ਼ੁਰਗੇ ਨਹੀਂ ਹੈਗੀਆਂ ਦੁਆ ਹੀ ਲੱਭਣੀਆਂ, ਕਦੇ ਵੀ ਵੇਸਟ ਨਹੀਂ ਗਿਣ ਲਈਆਂ, ਔਰ ਜਿਹੜੀ ਅਸੀਂ ਨੇ ਕੋਸ਼ਿਸ਼ ਦੀ ਇਹ ਅਸ ਆਪਣੀ ਇਸ ਕਾਵਿਸ਼ ਵਿੱਚ ਜ਼ਰੂਰ ਕਾਮਯਾਬ ਹੋਣੇ ਹਨ। ਬਹੁਤ ਸ਼ੁਕਰੀਆ। ਸੋ ਕਮੈਂਟਸ ਇਹਨੇ ਲੈਣੇ, ਲੇਕਿਨ ਮੜਕੀ ਕੋਈ ਇੱਕ ਹੋਰ ਦੇ ਰਿਕੁਐਸਟ ਭੇਜੇ ਨੀ ਕੁਛ ਹੈ। ਤਨਹਾ ਮੁਨੀਰ ਸਾਹਿਬ ਦੇ ਆਸਣੇ ਪਾਸੇ ਨੇ ਦੇ ਸ਼੍ਰੀਨਗਰ ਆ ਕੁਪਵਾੜਾ ਨੇ ਪਹਾੜੀਏ ਦੇ, ਇਹਨੇ ਪਹਿਲੇ ਵੀ ਕੋਸ਼ਿਸ਼ ਕੀਤੀ ਸੀ ਨਹੀਂ ਇਹ ਹੋਏ, ਬਟ ਮੈਂ ਕੋਸ਼ਿਸ਼ ਕਰ ਸਕੇ ਅੱਜ ਸ਼ਾਇਦ ਲਾਈਵ ਅੱਛੇ ਨਟੀਏ। ਫੈਸਲ ਭਾਈ ਤੁਸੀਂ ਦੇਖ ਲੈਣੇ ਮੜਕੀ ਕਿਤਨੇ ਇਮੋਸ਼ਨ। ਜੀ, ਨਮਸਕਾਰ, ਸਲਾਮ ਅਲੈਕੁਮ, ਠੀਕ ਹੋ? ਹਾਂ ਜੀ, ਨਮਸਕਾਰ ਜੀ, ਕੀ ਹਾਲ ਹੈ? ਠੀਕ ਹੋ ਬਸ ਜੀ? ਠੀਕ। ਔਰ ਫਾਈਨਲੀ ਅੱਜ ਤੁਸੀਂ ਨੇ ਵੀ ਨੰਬਰ ਲਗਾਇਆ। ਹਾਂ ਚਲੋ, ਬੜਾ ਬੜਾ ਕੋਸ਼ਿਸ਼ ਨਾਲ ਲਗਾ ਜੀ, ਬਹੁਤ ਬਾਰ ਕੋਸ਼ਿਸ਼ ਕੀਤੀ ਹੈ। ਅੱਜ ਸਾਰੇ ਕਾਮਯਾਬ ਹੋਣੇ ਲੈਣੇ ਔਰ ਮੈਂ ਕੀ ਬੜਾ ਅੱਛਾ ਹੋਣਾ ਲੈਣਾ। ਸਭ ਤੋਂ ਪਹਿਲਾਂ ਤਾਂ ਮੇਰੀ ਤਰਫੋਂ ਜੀ ਭਾਈ ਕੌਮ ਨੂੰ ਮੁਬਾਰਕਾਂ। ਬਿਲਕੁਲ, ਤੁਸੀਂ ਸਾਰਿਆਂ ਕੀ ਮੁਬਾਰਕਾਂ। ਮੈਂ ਐਕਚੁਅਲੀ ਤੁਸੀਂ ਮੜਕੀ ਯਾਦ ਕਰਵਾਇਆ, ਮੈਂ ਸੋਚਦੀ ਸੀ ਕਿ ਪ੍ਰੋਗਰਾਮ ਓਪਨ ਹੋਣੇ ਆ, ਮੈਂ ਆਖਾਂ ਕਿ ਆਪਣੇ ਜਿਹੜੇ ਪੁੰਛ ਹਵੇਲੀ ਨੇ ਹਰਸਿਮਰਨ ਜਿਨ੍ਹਾਂ ਕੀ ਫਸਟ ਸਰਟੀਫਿਕੇਟ ਲੱਭਾ ਐਸਟੀ ਨਾ, ਔਰ ਕੱਲ ਨੁਸਰਤ ਸ਼ਾਹ ਸਾਹਿਬ ਕੀ ਲੱਭਾ, ਸਾਰਿਆਂ ਕੀ ਬੜੀਆਂ ਮੁਬਾਰਕਾਂ। ਚਲੋ ਇਹ ਤਾਂ ਕਿ ਹੁਣ ਸਟਾਰਟ ਹੋਈ ਆ ਤਾਂ ਸਾਰਿਆਂ ਕੀ ਲੱਭਸੀ। ਬਹੁਤ ਸ਼ੁਕਰੀਆ, ਬਹੁਤ ਮੁਬਾਰਕਾਂ ਸਾਰਿਆਂ। ਹਾਂ ਜੀ, ਵਾਹ, ਤੁਸੀਂ ਨਾ ਗੱਲ ਕਰਨੇ ਜ਼ਿਆਦਾ ਖੁਸ਼ੀ ਹੋ ਜਾਂਦੇ, ਥੋੜਾ ਹੌਸਲਾ ਰੱਖੋ। ਤੁਸੀਂ ਦੇਖਿਆ ਨੀ ਜਿਹੜੇ ਜਿਸ ਬੱਚੇ ਮੜ ਕੇ ਹੁਣ ਜੁਆਇਨ ਕੀਤਾ ਨਾ, ਤੁਸੀਂ ਸ਼ਾਇਦ ਦੇਖਾ ਲੈਣ ਸਿਆ ਕਿ ਨਹੀਂ ਮੜੇ, ਮੈਂ ਦੇਖਣਾ ਸਰ। ਮਤਲਬ ਖੁਸ਼ੀ ਤੁਸੀਂ ਦੇਖਾ ਉਹਨੇ ਨੇ ਚਿਹਰੇ ਨੀ, ਮੈਂ ਆਨੀਸ ਕਿ ਕਿਸ ਚੀਜ਼ਾ ਪਿੱਛੇ ਆਸ ਇਤਨਾ ਤੜਪਨਿਆ। ਮਤਲਬ ਇਹ ਜਿਹੜੀ 75 ਸਾਲੇ ਨੀ ਦੂਰੀ ਦੀ ਨਾ, ਇਹ ਅਸਲ ਰਗੇ ਚ ਖੂਨ ਤਾਂ ਦੇਖਾ ਨਾ, ਉਹੀ ਹੈ ਦਾ ਸਾਰੇ। ਉਹਨੇ ਆਪਣੇ ਦਾਦਾ ਜੀ ਨੇ ਗੱਲ ਸੁਣਾਈ, ਉਹਨੇ ਆਪਣੀ ਫੁੱਫੋ ਨੇ ਗੱਲ ਸੁਣਾਈ, ਮਤਲਬ ਕਿਤਨੀ ਤੜਪਦੀ, ਔਰ ਇਸ ਤੜਪ ਨੀ ਬਾਕੀ ਦੁਨੀਆ ਕਿਸੇ ਖਬਰ ਨਹੀਂ ਦੀ ਕਿ ਅਸੇ ਕਨੇ ਕਿਆ ਹੋਇਆ ਔਰ ਅਸੇ ਨੇ ਲੋਕ ਕਿਸ ਤਰ੍ਹਾਂ ਡਿਵਾਈਡ ਹੋਏ। ਮੈਂ ਤਾਂ ਹਰ ਜਗ੍ਹਾ ਗਈ ਨਹੀਂ ਸੀ ਇਹ ਗੱਲ ਆਨੀ ਕਿ ਤੁਸੀਂ ਕਿਹੜੀ ਦੁਨੀਆ ਰਹਿੰਦੇ ਆ, ਤੁਸੀਂ ਕੀ ਪਤਾ ਹੈ ਨਹੀਂ ਦਾ ਅਸੇ ਨੇ ਇਤਨੇ ਖਾਸ ਕਰ ਪਹਾੜੀ ਆਪਣੇ ਪਹਾੜੀ ਜੁਆਇਡ ਹੋਏ ਨੇ। ਬਿਲਕੁਲ, ਤੁਸੀਂ ਕਿੱਥੇ ਰਹਿੰਦੇ ਆ ਤਨਹਾ ਜੀ, ਤੁਸੀਂ ਦੱਸਾ ਪਲੀਜ਼। ਹਾਂਜੀ, ਜੀ ਮੈਂ ਕੁਪਾੜੇ ਤੋਂ, ਮੈਂ ਕਈ ਵਾਰ ਕਹਾਂ ਕਿ ਦੇਖੋ ਮੈਂ ਕੁਪਾੜੇ ਤੋਂ ਜੀ। ਕੁਪਵਾੜਾ ਨਾ, ਮੈਂ ਕੀ ਤਾਂ ਪਤਾ, ਮੈਂ ਚਾਹੁੰਦੀ ਸੀ ਚਲੋ ਜਿਹੜੇ ਮੜੇ ਬਾਕੀ ਭਰਾ ਦੋਸਤ ਜੁੜੇ ਨੇ ਉਹ ਵੀ ਸੁਣੇ। ਸੋ ਕੁਪਵਾੜਾ ਕਿਹੜਾ ਮੌਸਮ ਦਾ ਅਜਕਲ? ਬਹੁਤ ਵਧੀਆ ਮੌਸਮ ਹੈ ਜੀ, ਬਹੁਤ ਵਧੀਆ ਮੌਸਮ। ਅੱਛਾ, ਓਕੇ। ਹਾਂਜੀ ਸੋ ਹਾਂਜੀ, ਕੁਪਵਾੜੇ ਕੋਲ ਕਿਤਨਾ ਦੂਰ ਦਾ ਟਿਟਵਾਲ, ਜਿੱਥੋਂ ਕਿ ਅਸ ਪਾਰਲੀ ਨੀਲਮ ਵੈਲੀ ਪੂਰੀ ਬਿਲਕੁਲ ਇੰਨੇ ਕਲੋਜ਼ਲੀ ਦੇਖੀ ਸਕਨੇ ਆ? ਇਹ ਕੋਈ ਜੀ 90 ਕਿਲੋਮੀਟਰ ਮੈਂ ਕਿਹਾ ਸੀ, ਜਿੱਥੇ ਤੁਸੀਂ ਗਏ ਨਹੀਂ ਸੀ ਟਿਟਵਾਲ। ਟਿਟਵਾਲ ਮੈਂ ਗਈ ਸੀ ਜੀ। ਇੱਕ ਸੈਕਿੰਡ ਮੋਹਸਿਨ ਵਾਨੀ ਜੀ, ਤੁਸੀਂ ਮੜ ਕੇ ਰਿਕੁਐਸਟ ਭੇਜਾ ਪਲੀਜ਼, ਮੈਂ ਤੁਸੀਂ ਕਿ ਜ਼ਰੂਰ ਲਾਈਵ ਇਨ ਸਾਂ।
ओके सो अजकल क्या फ्रूट लेना फिर श्रीनगर, मतलब कश्मीर बेसिकली मैं आसा। आजकल तो ड्राई अच्छा फ्रूट है जी। ड्राई फ्रूट लेना। हाँ जी, हाँ तो जी। मैं दसा कि कुछ लोग अपने आप की कश्मीरी आने आ के पहाड़ी आने आ, ये तुसना जड़ा बस पहाड़ी है पहाड़ी जी। आने आ, तुस कुपवाड़ा किन्ने साल हाँ हुई है जी, तुसें की रहने आ, असल की उम्र हुई है उम्र जी। हुई तुस जमे पहले उठे दिया तुसा। मैं अपनी गल कर रहा हूँ। मैं कश्मीरी पहाड़ी बोलता, मैं अपने चौड़ी पहाड़ी बोलता, डोगरी बोलता, पंजाबी बोलता, डोगरी बोलता, कश्मीरी बोलता, सारी जी बोलियां जी जी देखा ये चीज में मसलन जी। समझानी ले समझानी के आखनी लेन सी सर, कहीं एक्चुअली ऐसे ने लोग ही सोचने ना कि कोई नहीं उन चलना आया तो चलने दियो, चलना आया मतलब उन आस अपने आप की कश्मीरी आखने तो चलने दियो, वो गल नहीं दी। उस कश्मीर भी जमे हाँ जी, पलिया तुसने आसपास किन्ने मतलब ग्रां और पूरा तुसे उठे नौकरी भी की पढ़ी पढ़े भी दिया तू सारा की उठे है जिथे के पूरे प्योर कश्मीरी जड़े दे ओ बसने, लेकिन फिर भी तुस अपने आप की पहाड़ी आह लेने हैं क्योंकि तुसे नहीं जुबान माड़ी जुबान एक दी ऐसे ना खाना पीना भी एको सी, लेकिन ये जड़े मड़े पैना भरा अपने आप की आहने ना कि आस कश्मीरी दे उन्हें कि मैं सिर्फ ये समझाना चाहनी इसके ऐसे की कश्मीरी जड़ी जुबान दी वो समझ भी नहीं है ले खाना पीना लगदा और वो ऐसे कोला हाँ जी, कल्चरली ज्यादा रिच दे, उन्हें अपना कल्चर बड़ा संभाली रखे ना, अस अगर अपनी पहचान है ना देखो जी, करने ना अस अपनी मतलब दादे पेरे नहीं पहचान है भुलिए ने तो कल्चर संभाले नहीं गल दी कल अस भी कुछ रुलने होने हैं ठीक है ना। देखो जी, भावे बंदा लंदन भी रहे ना, लेकिन जी अपनी बोली है ना, ये अपनी माँ है, बिल्कुल इसी नहीं भूलना कभी भी। बिल्कुल अपनी बोली अपनी मां दी तो मेरे लगना कि ऐसे की अपनी पहचान नहीं छोड़नी अपनी चाहिए। पहचान है, जी अपनी पहचान है। जी जी तुसे ना थोड़ा नहीं लगना कि कुछ नेट ना इशू था बिकॉज आवाज तुसे नहीं कटी कटी है नहीं लेनी हाँ जी, हाँ जी, जी। और घर सब ठीक ठाक चलो जी, अल्लाह हाफिज। हाँ जी, वधिया, फिर दोबारा मुलाकात जरूर होती है जी ना, अगले जरूर, महीने बहुत अपना शुक्रिया प्रोग्राम हो तो। बहुत शुक्रिया ज्वाइन किया जी 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 थैंक यू। थैंक यू। कैसे राजा साहब तुसें भेजी रिक्वेस्ट लेकिन कुछ टेक्निकल इश्यू दी पुंछ वालों को ज्वाइन करो। जहांगीर कुरैशी साहब तुस रिक्वेस्ट भेजा मड़की और सलामत रहें आप। सदा और इस पहाड़ी जुबान को फारो देते रहें, बहुत शुक्रिया हफीज साहब। मोहसिन वानी जी मैं तुसें किस तरह लाइव इन्ना तो सेगमेंट। परवेज खान मैं रावला कोट से हूँ लाइव अबू धाबी से, बहुत शुक्रिया जी। एम यूनिस मुगल साहब आ लेने के मैम आई फादर ऑल्सो फ्रॉम राजौरी इंडियन कश्मीर, राजौरी तो प्लीज कोई देखने आता है। जितेंद्र देव भगवान आपको सलामत रखे, बहुत शुक्रिया जी। राजा आयाज सिद्दीकी साहब इंशाल्लाह एक दिन जरूर मिलेंगे। राकेश अगस्त्य हाले ने मिंजाड़ी ना थे कोई मिंजाड़ी ना कोई हुआ था प्लीज तुसी ने की जवाब दिया राकेश जी की। कैसा राजा साहब, रोमी जी कैसा राजा यूके लिस्टर, लेकिन तुसे ना फुकिया नहीं मिले आए तुसे भेजे जैसा। कैसा राजा जी तुसे ना क्यों नहीं मिलने ना तुसे ना नेट मिलना चाहिए ना सा। एम कामिल साहब जी वालेकुम सलाम।
अस्सलाम वालेकुम। जी नमस्कार, वालेकुम सलाम। ठीक हो? बस अल्लाह का शुक्र जी, आप सुनाए। मैं बढ़िया। कहाँ से बोल रहे हैं जी आप? कुछ बोल रहे हैं तुस? सऊदी अरब तो जी। अच्छा, क्या तुस ड्यूटी हो पर उस लेके? अच्छा, नहीं, कोर्ट नहीं, हजार की शुक्र। सो तुस केड़ी जुबान बोलने हैं? पहाड़ी, गुजरी, गोजरी? पारी पारी बोलनी नहीं। अच्छा, गोजरी नहीं, असनी। ओके, सो किन्नी देर हुई तुसें कि बाहर गए ने और पिछु कुत्थे ने दिया तुस? अच्छा, कश्मीर ने कोटली, आजाद कश्मीर। कोटली तो? ओके, कोटली तो ठीक है। तो दुबई हो तुस? सऊदी? नहीं, सऊदी अरब। ओके 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 ओके। कितने साल हुई तुसें घर बाहर गए ने? तकरीबन हुई है 13-14 महीने। 13-14 साल? ये महीने? नहीं, महीने? महीने ओके ओके ओके, ठीक है, चलो तो अच्छी जी। गल हाँ, है। सो करनी भी याद है नहीं है, या सऊदी ज्यादा चंगा था? मैं पूछना चाहनी वैसे के याद तक रहने इसलिए पसंद आपको क्या कैसे निकाल करो। ठीक है, सऊदी ने जड़ा माहौल दा ठीक लगना तुसे कि उते काम काजा ने सावा कने? अल्हम्दुलिल्लाह ओके okay। तो मैं की दस्ता कि तुस जड़े लोग सारे बाहर आए ने, जड़े इत्थू पैसे कमाने हैं, नौकरी करने हैं, इतने इतने साल बाहर रहने हैं, तुस पीछे रोजगार ना कोई किया ना सिस्टम शुरू करने, ताकि बाकी जड़े बच्चे थे उन्हें की परदेसे ही ना आन, ए ना पे, और तुसने भी बिजनेस उठे चला है लोकल। गल तो तुम्हें ठीक ही, फिर हालात हो क्या इस तरीके वाले। नहीं, बाकी भी जो तुमने दोस्त दे या भरा दे या फैमिली ने जो लोग पहले अच्छे रही है ने इन्ने साल, मतलब ये सारे वास्ते मैसेज के तुस सारे 8-8, 10-10 साल काम करी मुड़ी पीछे किए ना बिजनेस स्टार्ट करने, ताकि जो बाकी बच्चे दे उन्हें की परदेसे ने तके ना खाने पे, इन बार ना इना पे आया था, कम से कम अपने चलो उठे लोकल तुस ना बिजनेस भी चल सी और बच्चे भी अपने अपने घर रह लिया अपने बिल्कुल अपने टबरे को। बिल्कुल, गल तो तुमने सही है। बाल आजकल रोजगार इस तरीके ने कि बताया वो थोड़ा जहा सेटअप होना, बाहर जो आना के दूसरा भी जाए, भाई भी आई जाए, और भी बंदा हो जाए, दोस्त भी आ जाए, इधर ही सेट हो जाए। चलो ये तो बड़ी अच्छी गल थी, देखा कि इधर सेट हो जान, लेकिन ये था ना कि परिवार फिर तुस कितने साले बाद वापस गए ने लोग नॉर्मली? 2-2, 3-3 साले बाद? हाँ, 2 साल तो है एग्रीमेंट होना कंपनी का। अच्छा, 2 साले बाद है छुट्टी लगनी फिर घर गच्छी सकने आए ना। जी, बिल्कुल। चल जो बेसिकली आज जो मर्जी कर लिया, लेकिन जिसना दाना पानी जिते लिया ना ना रब उत्थे चुकी नहीं है ना, है ये है गल, इस गल कोई गल बेसिकली ये दिया ने ना, उसने मर्जी बगैर पता भी नहीं हलना, बस ये जी, गल। बिल्कुल सही। चलो जेड़े तुस बाहर दिया था, मैं तो सारे की बस ये चीज आसा और दुआ भी ये करनी होनी इसके सारे तुस ठीक रहा, और क्योंकि फिर भी परदेस परदेस होना है ना, और अपना देश होना, ते खाद जी पीने खास करी तुसे लोकें की बड़ा ध्यान रखना, पैसे इनके होट लेनी रोटियां भी के जी हाँ, लगनी है। याद रखा है इंशाल्लाह। जी, जरूर, तुम भी अपनी दुआएं याद रखिए। बहुत शुक्रिया ज्वाइन किए ना, बहुत शुक्रिया। अल्लाह। सो
ਮੈਂ ਕੀ ਲੱਗਣਾ ਕਿ ਬਸ ਅੱਜ ਗੱਲਬਾਤ ਇੰਨੀ ਰੱਖੀ ਹੈ, ਲੇਟ ਹੋਣ ਲੈਣੇ ਹਨ, ਅਗਲੀ ਵਾਰੀ ਫਿਰ ਗੱਲ ਕਰਨੇ ਹਨ। ਇੱਕ ਐਮ ਕਾਮਿਲ ਸਾਹਿਬ, ਮੈਂ ਠੀਕ ਦਿਸ, ਬਾਂਡੇ ਮੁੰਨਾ ਜੀ, ਮੈਂ ਠੀਕ ਦਿਸ, ਜਾਮਿਲ ਅਹਿਮਦ ਸਾਹਿਬ, ਥੈਂਕ ਯੂ, ਮੌਸਲਮਾਨੀ ਜੀ, ਮੈਂ ਤੁਸੀਂ ਟਰਾਈ ਕਰਨੀ ਇੱਕ ਵਾਰੀ, ਕਹਿੰਗੇ ਤੁਸੀਂ ਬਹੁਤ ਦੇਰ ਨੇ ਹੁਣ ਕਿਆ ਲੈਣੇ ਆ, ਇੱਕ ਸੈਕਿੰਡ। ਮੋਹਸਿਨ ਵਾਨੀ ਜੀ, ਮੈਂ ਤੁਸੀਂ ਕੀ ਰਿਕੁਐਸਟ ਭੇਜੀ ਤਾਂ ਤੁਸੀਂ ਪਲੀਜ਼ ਉਹਨਾਂ ਜੁਆਇਨ ਕਰਾ, ਠੀਕ ਹੈ ਜੀ? ਤੁਸੀਂ ਬੜੀ ਦੇਰ ਨੇ ਹਲੇ ਸਰ, ਫਾਈਨਲੀ ਮੈਨੂੰ ਲੱਗਣਾ ਜੁਆਇਨ ਹੋਈ ਆ ਤੁਸੀਂ। ਹਾਂਜੀ, ਨਮਸਕਾਰ, ਅਸਲਾਮ ਅਲੈਕੁਮ, ਆਵਾਜ਼ ਨਹੀਂ ਆ ਰਹੀ, ਆਪ ਮਾਈਕ ਔਨ ਕਰੇ ਪਲੀਜ਼, ਆਪਨੇ ਮਿਊਟ ਕੀਆ ਹੋਇਆ ਹੈ ਕਿਆ ਖੁਦ ਕੋ? ਮੁਝੇ ਆਵਾਜ਼ ਨਹੀਂ ਆ ਰਹੀ ਹੈ, ਬਾਕੀਆਂ ਕੀ ਆਵਾਜ਼ ਹੈ ਨਹੀਂ ਲੋਕਾਂ ਕੀ? ਆਡੀਅੰਸ ਪਲੀਜ਼ ਦੱਸਾਂ ਮੁੜ ਕੇ, ਮੈਂ ਕੁਝ ਗੜਬੜ ਤਾਂ ਨਹੀਂ ਕੀਤੀ ਨਹੀਂ ਤਰ੍ਹਾਂ ਦੀ? ਹਾਂਜੀ, ਹੁਣ ਆਵਾਜ਼ ਆਈ ਸਲਾਮ ਸ਼ਾਇਦ, ਅਲੈਕੁਮ ਸਲਾਮ ਅਲੈਕੁਮ ਤੁਸੀਂ ਹੁਣ ਆਵਾਜ਼ ਤੁਸੀਂ ਹੁਣ ਆਵਾਜ਼ ਜੀ ਜੀ ਆਵਾਜ਼ ਹੈ ਨਹੀਂ, ਬਹੁਤ ਸ਼ੁਕਰੀਆ ਤੁਸੀਂ ਨਾ ਤੇ ਟਾਈਮ ਦਿੱਤਾ ਨਹੀਂ, ਤੁਸੀਂ ਕਿੰਨੀ ਦੇਰ ਹੀ ਟਰਾਈ ਕਰ ਲਏ ਸੀ, ਬਟ ਮੈਂ ਕਿ ਵੀ ਇਤਨੀ ਟੈਕਨੀਕਲ ਚੀਜ਼ਾਂ ਪਤਾ ਨਹੀਂ ਦੀਆਂ, ਬਟ ਮੈਂ ਚਾਹਨੀ ਕਿ ਚਲੋ ਸਾਰੇ ਅੱਛੇ ਨੇ ਆਪਣੀ ਗੱਲਬਾਤ ਕਰੇ, ਖਾਸ ਕਰੀ ਆਪਣੀ ਮਾਂ ਬੋਲੀ, ਆਪਣੀ ਜ਼ੁਬਾਨ ਵਿੱਚ। ਠੀਕ ਹੋ ਤੁਸੀਂ? ਬਹੁਤ ਬਿਲਕੁਲ, ਸ਼ੁਕਰੀਆ ਜੀ, ਅਲਹਮਦੁਲਿਲਾ ਕਿਹੜੀ ਸਭ ਬਿਲਕੁਲ ਠੀਕ ਠਾਕ ਜੀ, ਤੁਸੀਂ ਨੇ ਕਹਿ ਰਹੇ ਨਹੀਂ ਸਭ ਕਰੀਏ ਜੀ, ਠੀਕ ਜੀ, ਸਭ ਠੀਕ, ਤੁਸੀਂ ਨੇ ਕਾ ਠੀਕ ਦੇ ਸਾਰੇ? ਅਲਹਮਦੁਲਿਲਾ ਸਭ ਠੀਕ ਠਾਕ, ਸਭ ਠੀਕ ਠਾਕ, ਸਭ ਠੀਕ। ਸੋ ਕੁਥੋਂ ਬੋਲਣਾ ਹੈ ਤੁਸੀਂ? ਮੈਂ ਬੇਸਿਕਲੀ ਸੁਣਾਈ ਨਹੀਂ ਦਿੱਤਾ, ਕੁਛ ਆਵਾਜ਼ ਬ੍ਰੇਕ ਹੋਈ ਤੁਸੀਂ ਨੇ? ਬੇਸਿਕਲੀ ਮਾੜਾ ਤਾਲੁਕ ਜਿਹੜਾ ਦਾ ਓਕੇ, ਬ੍ਰੇਕ ਟੂ ਜੀ, ਅਮੀਤ ਕਮਰਾਨ ਤੇ ਮੈਂ ਬਿਲਕੁਲ ਮੈਂ ਅੱਛਾ, ਓਕੇ, ਚਲੋ ਵਾਹ, ਗੁੱਡ ਗੁੱਡ ਗੁੱਡ, ਓਕੇ, ਅਮੀਤ ਸੋ ਕਮਰਾਨ ਜੀ, ਜੀ, ਭਰਾ ਦੇ ਮੜੇ, ਬਿਲਕੁਲ ਭਰਾ ਦੇ, ਭਰਾ ਮੈਂ ਵੀ ਦੇ, ਔਰ ਕਿਆ ਜੀ, ਮੈਂ ਵੀ ਤੁਸੀਂ ਕੀ ਕਾਫੀ ਅਰਸੇ ਨਾਲ ਫਾਲੋ ਕਰ ਰਿਹਾ ਸੀ ਲਾਈਵ ਹੈ ਨਾ, ਵੈਸੇ ਮੈਂ ਆਪਣਾ ਸਪੈਸ਼ਲ ਪਰ ਕੋਸ਼ਿਸ਼ ਹੋਣੀ ਕਿ ਮੈਂ ਬੇਸਿਕਲੀ ਬਹੁਤ ਸ਼ੌਕ ਹੁੰਦਾ ਕਿ ਆਰ ਪਾਰ ਆਰ ਪਾਰ ਲੋਕ ਜੋ ਨਾ ਕਨੇ ਕਨੇ ਚੰਦਰ ਇੱਕ ਦੂਸਰੇ ਨੂੰ ਬਾਰੀ ਜਾਣਾ ਹੈ ਬਾਰੀ ਜਾਣਾ ਹੈ ਬਿਲਕੁਲ, ਇਹ ਚੀਜ਼ ਦੀ ਬਸ ਇਸੇ ਕਰੀ ਅਸ ਨਿੱਕੀਆਂ ਨਿੱਕੀਆਂ ਕਾਵਿਸ਼ਾਂ ਕਰਨ ਲੈਣੇ ਨੇ ਕਿ ਥੋੜੀ ਥੋੜੀ ਕੋਸ਼ਿਸ਼ ਤੂੰ ਫਿਰ ਆਨੇ ਨਾ, ਬੂੰਦ ਬੂੰਦ ਸੇ ਸਾਗਰ ਬਨਤਾ ਹੈ, ਤੇ ਮਤਾ ਰਾਬਾ ਸੇ ਨੀ ਮੈਨੇ ਤਰੰਗ ਲਾਏ, ਜਿਵੇਂ ਪਹਿਲੇ ਉਹਨੇ ਆਹਿਆ ਫਾਸਿਲ ਕਸ਼ਮੀਰੀ ਭਾਈ ਦੁਬਈ ਤੋਂ, ਤੇ ਤੁਸੀਂ ਨੀ ਆਵਾਜ਼ ਵਿੱਚ ਵਿੱਚ ਨਾ ਕੱਟਣਾ ਹੋਈ, ਨਹੀਂ ਤਾਂ ਅੱਧੀ ਅੱਧੀ ਗੱਲ ਸੁਣਨਾ ਹੋਣੀ, ਮੈਂ ਕੀ ਤਾਂ ਬਾਕੀ ਆਡੀਅੰਸ ਨਾ ਪਤਾ ਨਹੀਂ। ਸੋ ਅੱਛਾ ਪਰਵੇਜ਼ ਮਲਿਕ ਅਫਰੀਦੀ ਅੱਛਾ, ਸਾਹਿਬ ਅਸੀਂ ਕੀ ਜੁਆਇਨਗੇ ਤਾਂ ਪੁੰਛ ਤੂੰ, ਤੇ ਤੁਸੀਂ ਕੋਈ ਪੜ੍ਹਾਈ ਕਰਨੇ ਆ ਜਾਂ ਨੌਕਰੀ ਕਰਨੇ ਆ? ਮੈਂ ਮੈਂ ਬੇਸਿਕਲੀ ਸੋਸ਼ੀਓਲੋਜੀ ਕਰਨੇ ਲੇਕਿਨ ਉਹਨੇ ਜੌਬ ਕਰਨਾ ਹੈ ਓਕੇ, ਅੱਛਾ, ਸੋਸ਼ੀਓਲੋਜੀ ਉਧਰ ਵੀ ਪੜ੍ਹਾਣੇ, ਫਿਰ ਜੀ ਠੀਕ ਜੀ ਤਾਂ ਓਕੇ, ਜੀ ਜੀ ਮਾੜਾ ਸਬਜੈਕਟ ਰਿਹਾ ਔਰ ਸ਼ਾਇਰੀ ਨਾ ਪਹਾੜੀ ਵਿੱਚ ਵੀ ਲਿਖਣਾ ਉਰਦੂ ਵੀ ਲਿਖਣਾ ਅੱਛਾ,
ਤਾਂ ਉੱਥੇ ਕੁਛ ਲੋਕਲ ਮੁਸ਼ਾਇਰੇ ਵਗੈਰਾ ਵੀ ਹੋਣੇ ਜਾਂ ਬਸ ਮਤਲਬ ਲਿਖਣਿਆ ਤੁਸ ਖਾਲੀ ਔਰ ਫਿਰ ਕਿਤਾਬਾਂ ਛਪਣਗੇ ਨੀਆਂ? ਨਹੀਂ ਬਹੁਤ ਅੱਛਾ, ਬਹੁਤ ਅੱਛਾ ਸੀ ਨਾ ਲਿਟਰੇਚਰ ਕਨ ਬਹੁਤ ਜ਼ਿਆਦਾ ਕਿ ਨਾ ਆਪਣੀ ਤਾਂ ਰਾਤ ਆਪਣੀ ਕਿਸੇ ਨੇ ਇੱਕ ਵੀ ਸੋਸਾਇਟੀ ਕੋਈ ਛੱਤ ਵੀ ਸੋਸਾਇਟੀ ਵੀ ਸੋਸਾਇਟੀ ਨੇ ਬੜੇ ਅੱਛੇ ਅੱਛੇ ਸ਼ਾਇਦ ਦੇ ਅਸੇ ਨੇ ਉਮੀਦ ਕਾਮਰਾਨ ਸਾਹਿਬ ਬਹੁਤ ਅੱਛਾ ਲਿਖਨੇ ਉਸ ਤੇ ਜਨ ਨੇ ਉਸ ਦੇ ਇਮਰਾਨ ਕਮਾਲ ਦੇ ਬਹੁਤ ਇਸ ਤਰ੍ਹਾਂ ਮਤਲਬ ਮੈਂ ਇਹ ਚੀਜ਼ ਪੁੱਛਣਾ ਚਾਹਨੀ ਇਸ ਕੇ ਮੁਸ਼ਾਇਰੇ ਵਗੈਰਾ ਬਹੁਤ ਹੋਣੇ ਜਾਂ ਆਪਣੇ ਅਦਬ ਕੀ ਨੀ ਕਲਚਰ ਕੀ ਨੀ ਚੀਜ਼ਾਂ ਇਸ ਤਰ੍ਹਾਂ ਨਹੀਂ ਹੋਣੀਆਂ? ਕਲਚਰ ਅਕੈਡਮੀ ਤੁਸੀਂ ਨਹੀਂ ਥਈ ਉੱਥੇ? ਓਕੇ ਜੀ 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 ਬਿਲਕੁਲ ਜੀ ਜੀ ਕੋਈ ਵੀ ਨਾਇਕਾ ਨੇ ਅਸਲ ਨਹੀਂ ਰਾਵਲਾ ਤੁਸੀਂ ਨਹੀਂ ਨਾ ਆਵਾਜ਼ ਤੁਸੀਂ ਨਹੀਂ ਆਵਾਜ਼ ਡਬਲ ਏ ਨਹੀਂ ਲੈਣੀ ਕੁਛ ਥੋੜਾ ਕੁਛ ਆਡੀਓ ਤੁਸੀਂ ਦੁਬਾਰਾ ਟਰਾਈ ਕਰਾਂ ਹਾਂ ਪਲੀਜ਼ ਹਾਂ ਉਹਨ ਬੋਲਾ ਹਾਂ ਸਰਵਸ ਸ਼ਿਸ਼ੂ ਨੀ ਕੁਝ ਇੱਥੇ ਪ੍ਰੋਬਲਮ ਜੀ ਜ਼ਿਆਦਾ ਇਸ ਵਜ੍ਹਾ ਤੋਂ ਨਾ ਚੁੱਕੇ ਇੱਥੇ ਨੈਟਵਰਕ ਦਾ ਸੇ ਨਾ ਬਹੁਤ ਬਹੁਤ ਆ ਜੀ ਜੀ ਹੁਣ ਠੀਕ ਦੀ ਫਿਰ ਵੀ ਥੋੜੀ ਆਵਾਜ਼ ਆਈ ਜੀ ਜੀ ਲੇਕਿਨ ਉਹ ਲਿਆ ਲੈਣੇ ਨਾ ਵਿੱਚ ਵਿੱਚ ਆਵਾਜ਼ ਕਲੀਅਰ ਨਹੀਂ ਆ ਰਹੀ ਆਪਕੀ ਜਿਹੜੇ ਦੇਖਾ ਲਏ ਨੇ ਤੁਸੀਂ ਕੀ ਅੱਛਾ ਇੱਕ ਓਕੇ ਵਾਈਫਾਈ ਦੇਖਣ ਦਾ ਇਹ ਜਿਹੜਾ ਨੈਟ ਨਾ ਇਸ਼ੂ ਦਾ ਨਾ ਇਹ ਬਹੁਤ ਪ੍ਰੋਬਲਮ ਕਰਨਾ ਸੱਚੀ ਇਸ ਮੜੇ ਇਤਨੇ ਪ੍ਰੋਗਰਾਮ ਮਤਲਬ ਮੈਂ ਤਿਆਰ ਹੋਈ ਬੈਠੀ ਨਹੀਂ ਹੁੰਦੀ ਇਸ ਮੜੇ ਗੈਸਟ ਘੰਟਾ ਘੰਟਾ ਬੈਠੇ ਨੇ ਉਹਨੇ ਤੁਸੀਂ ਬਿਲੀਵ ਕਰਾ ਕਿ ਨੈਟ ਨੇ ਇਸ਼ੂ ਨੀ ਵਜ੍ਹਾ ਕਨੇ ਅਸੀਂ ਨਹੀਂ ਗੱਲਬਾਤ ਨਹੀਂ ਹੁੰਦੀ ਔਰ ਇਤਨੀ ਬੰਦਾ ਮਿਹਨਤ ਕਰਨਾ ਨਾ ਤੇ ਚਲੋ ਮੈਨੂੰ ਬੜਾ ਅੱਛਾ ਲੱਗਿਆ ਇੰਨੀ ਕਿ ਸੁਣੀ ਔਰ ਖਾਸ ਕਰੀਏ ਮੜੇ ਭਰਾ ਨੇ ਗੁਆਂਢੀ ਦੇ ਮੋਹਸਿਨ ਵਾਨੀ ਸਾਹਿਬ ਮੈਂ ਕਿਨੇ ਨਾਂ ਯਾਦ ਰਿਹਾ ਇਹ ਹਮੀਦ ਕਾਮਰਾਨ ਭਾਈ ਨੇ ਗੁਆਂਢੀ ਦੇ ਔਰ ਅੱਛਾ ਲਿਆ ਇਨਕੋ ਹਮ ਮਸੇਰ ਕਹਤੇ ਹੈ ਰਾਜਾ ਯਾ ਸਦੀਕੀ ਸਾਹਿਬ ਚਲੋ ਜੀ ਤੁਸੀਂ ਮਾਸੇ ਰਹਨੇ ਆ ਦਾਸ ਵੀ ਮਾਸੇ ਰਹਨੇ ਆ ਸੋ ਕੋਈ ਇਹ ਨਹੀਂ ਬੁਖੁਨਾ ਕਿ ਇਹ ਨਹੀਂ ਬੁਖੁਨਾ ਨਸੀਮ ਬਾਜੀ ਵੀ ਜੁਆਇਨ ਕੀਤਾ ਨਸੀਮ ਬਾਜੀ ਵੀ ਬਾਜੀ ਅਸਲਾਮ ਅਲੈਕੁਮ ਠੀਕ ਹੋ ਤੁਸੀਂ ਮੋਹਸਿਨ ਵਾਨੀ ਹੋਰ ਨੇ ਰਿਕੁਐਸਟ ਆਈ ਸੀ ਮੈਂ ਦੁਬਾਰਾ ਐਕਸੈਪਟ ਕਰ ਲੈਣੀ ਸੀ ਬਟ ਨਹੀਂ ਹੋਈ ਬਸ ਹੁਣ ਲਾਸਟ ਗੈਸਟ ਇਨਸਾਨ ਅੱਜ ਪਲੀਜ਼ ਜੀ ਅਸਲਾਮ ਅਲੈਕੁਮ ਨਮਸਕਾਰ ਨਮਸਕਾਰ ਅਸਲਾਮ ਅਲੈਕੁਮ ਠੀਕ ਹੋ ਵਾਲੇਕੁਮ ਅਸਲਾਮ ਆਪ ਠੀਕ ਜੀ 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 ਬਿਲਕੁਲ ਠੀਕ ਕਹਾਂ ਸੇ ਬੋਲ ਰਹੇ ਆ ਮੈਂ ਜੰਮੂ ਕਸ਼ਮੀਰ ਸੇ ਜੰਮੂ ਕਸ਼ਮੀਰ ਕਹਾਂ ਸੇ ਇੰਡੀਆ ਸੇ ਇੰਡੀਆ ਸੇ कहां से मतलब जम्मू कश्मीर में कौन से इलाके से बताएं ना आप कश्मीर से कश्मीर से कश्मीर कहां से कश्मीर कुलगाम से ओ अच्छा बहुत ही सुंदर है कुलगाम बहुत ही सुंदर है तो आप जी, तो जी, जी। सही कश्मीरी है मतलब फाइनली हाँ मेरे भाई और दोस्त और मेरी बहनें देखेंगे कि सही तो मुझे बताइए कि आप जुबान कौन सी बोलते हैं आपकी जुबान कौन सी है मैंने आपकी जुबान सुन के भी आपको कॉल की थी मैं कश्मीर भी बोल लेता हूँ और आपकी जुबान जो है वो ट्राई करता हूँ बोलने की बोल लेता हूँ मैं तकरीबन मतलब आप असली कश्मीरी हैं जी 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 है ना हमारे लोग नकली कश्मीरी बन रहे हैं तो मुझे बड़ा अच्छा लगता है जब मेरा प्रोग्राम में कोई असली कश्मीरी आते हैं है ना बहुत 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 शुक्रिया आपका क्योंकि आपने ज्वाइन किया तो इस तरीके से मुलाकात भी हो जाती है और कुछ
जो दिल के अरमान होते हैं वो भी शेयर हो बिल्कुल जाते हैं। बिल्कुल। देखिए हमारी जो रियासत है ना, ये गुलदस्ता है जम्मू कश्मीर जो है, और इस गुलदस्ते में रंग बिरंगे फूल हैं, तो मुझे लगता है कि उसी की वजह से ये इतनी खूबसूरत रियासत है हमारी। इसमें इतनी सारी बोलियां हैं, जुबानें हैं, इतने कल्चर हैं। तो मैं आपको बताऊं कि मैं ये सब घूमी हुई हूँ एरिया, क्योंकि मैं कश्मीर में काफी साल रही हूँ, रही तो मैं सिटी में हूँ, इधर जवाहर नगर। अच्छा जो तो हाँ कश्मीर जो है मेरे दिल के बहुत क्लोज है। इस वक्त पहलगाम मैं आप काफी, कहाँ हैं, इस वक्त जी कहाँ से आप बोल रहे हैं? अभी तो बस आजकल मैं एक कभी जम्मू होती हूँ, कभी दिल्ली होती हूँ, लेकिन पहलगाम में अशमकाम साहब और इधर उधर मैं काफी, मेरा जाती हूँ मैं, मतलब मैं मानती हूँ। तो बस कश्मीर इसलिए मेरे दिल के बहुत क्लोज है। तो चलिए, बहुत अच्छा लगा आपने ज्वाइन किया। चलो तो अगर कुछ मैसेज देना आपको चाहते हैं आप अपने लोगों को? इस टाइम पर हमारे प्रोग्राम में पूरी दुनिया से लोग जुड़े हुए हैं, लोग मतलब ये मेरा परिवार है, लेकिन पूरी दुनिया में अगर आप देख ही रहे होंगे, जी कोई जी सऊदी जी से है, कोई कहीं से है, यूके से है। जी जी यही पैगाम है कि अल्लाह ताला सब मुसलमानों को जो है वो एकजुट रखे और एहसास इसी तरह बनाए रखे, ताकि हमारी ये जो एकजुट है ये कभी टूटे ना, और ये जो जो इस तरह के इंतशार वगैरह में बहुत सारे लोग मुलव्वस हो जाते हैं उनसे हम दूर रहें। तो ये अमन का पैगाम हर जगह देते रहे, जो रसूल सल्लल्लाहु अलैहि वसल्लम ने हमारे लिए फरमान दिए हैं उन पे हम कायम और दायम रहें, और हमारी दुनिया की जिंदगी और आखिरत की जिंदगी जो है वो बेहतर रहे। जितने भी ये इंतशार या हैं वो हमारे दिलों से खत्म हो जाए, और अपने को अपना समझे और गैरों को भी अपना समझे, ताकि हम बिल्कुल दुनिया और आखिरत में कामयाब हो जाए। बिल्कुल। तो मुझे बताइए आजकल फ्रूट क्या लगा है कुलगाम में? तो बिल्कुल नेचुरल बहुत कुछ होता है। ना इस टाइम फ्रूट का सीजन तो नहीं है, अब बस तैयारी नहीं, शुरू है, अच्छा तैयारी शुरू है। अब बागों में बस वो दवाई गडाई वो सब कुछ काम काज जो है वो शुरू हो चुका है। 2-3 महीने अच्छा, के बाद जो है वो फ्रूट का सीजन तकरीबन 2 महीने के बाद शुरू हो जाएगा। आपके भी बागात हैं? बाग बाग जी जी हाँ, अपना बाग किसका बाग है आपका अपना? सेब का भी है, नाशपाती में अखरोट है। अरे वाह, तो मतलब अगली बारी हमारे घर अखरोट, नाशपाती और सेब आएंगे। हाँ, थैंक बिल्कुल 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 जनाब, इंशाल्लाह रابطے में रहेंगे और जरूर जरूर यू, जरूर। थैंक यू। चलिए, आपके साथ हमारी दुआएं हैं। तो अभी कश्मीर में कैसा माहौल है भाई? बहुत अच्छा माहौल अच्छा, मौसम भी जी, खुशगवार है और अदरवाइज माहौल भी अच्छा है? बिल्कुल बिल्कुल नॉर्मल नॉर्मल है सब, हर एक चीज जो है वो नॉर्मल है। मतलब स्कूल वगैरह जाते हैं बच्चे और ऑफिस वगैरह जा रहे हैं लोग? मैं खुद एजुकेशन डिपार्टमेंट में हूँ, और हम बहुत मेहनत से और जोश जोर से पढ़ाते हैं बच्चों को और डेली स्कूल जाते हैं। चलिए, ग्रेट ग्रेट ग्रेट। यस, मुझे तो पता है, मैं तो जम्मू की रहने वाली हूँ, लेकिन कुछ लोगों को जिनको नहीं पता है, बस उनके लिए मैंने ये सवाल कर लिया था आपसे कि कोई कर्फ्यू तो नहीं है ना, सब ठीक है ना? नहीं, जैसे हम जम्मू पार करते हैं ना, जैसे जी जो आपने लखनपुर पार करते हैं, तो वहां से अगर कोई आदमी या मेरी बहुत सारी पंजाब में हरियाणा में बहुत सारे मेरे फ्रेंड्स हैं, तो उनको जी अगर हम बोलते हैं इनवाइट करते हैं कि भाई आप हमारे पास आना, तो वो एक जी अलग भी नजर से देखते हैं। आप कश्मीर जाएंगे? अरे यार नहीं, वहां तो ऐसा माहौल है, वहां ऐसा माहौल है। अगर यहाँ पे आके कोई खुद विजिट करता है तो उसको तसल्ली हो जाती है कि हम हिंदुस्तान में नहीं बल्कि
इन लोगों के साथ हमारा जन्मों का रिश्ता है, वो ऐसा महसूस करते हैं कि वो दोबारा नहीं कहते। सही है, तो कुछ मीडिया से या जिस तरह से जो मिसकंसेप्ट आ जाते हैं ना लोगों के अंदर, वो जो अट्रैक्शन है उसको खत्म कर देते हैं, फिर वो लोगों को जुड़ने में दिक्कत आती है, आने जाने में या बहुत सारी चीजें होती हैं। जैसे आप हैं, आप तो चलो यहाँ का पूरा माहौल जानते हैं, तो उसके बारे में अच्छी तरह से डिस्कस करेंगे। अगर कोई आपकी जगह दूसरा होता तो वो हो सकता है काल ज्वाइन भी नहीं करता और कश्मीर का नाम सुनकर वो कट ही कर देता। हाँ, और मैं आपको बताऊं, हमारे बीच में ही कुछ लोग ऐसे हैं जो अभी प्रोग्राम देख रहे हैं, जिनको ये लग रहा है कि 2019 से अभी तक कर्फ्यू रोज चलता है वहां पे, ऐसे भी लोग हैं। ना, तो ना, मैंने इसलिए आपसे बिल्कुल नहीं, ऐसी कोई बात नहीं है कर्फ्यू वगैरह का, या ऐसा कोई नाम नहीं। तो मुझे ये बताएं कि मैं गई थी अभी जून में, तो तब लाल चौक में बस वो आगे तक पहुंची तो वो बन रहा था, नया तैयार हो रहा था ना नया, अभी उन्होंने चेंज कर दिया, थोड़ा रेनोवेट किया है पूरा। तो अभी तो खैर मैंने फोटोज में ही देखा, बड़ा अच्छा लगा मुझे। तो अभी मतलब खूब वहां पे टूरिस्ट वगैरह भी आ रहा है और सब अच्छे से चल रहा है ना। बिल्कुल, अच्छा, बहुत बढ़िया तरीके से जितने भी स्पॉट है, टूरिस्ट स्पॉट हो गया, जैसे अहरबल हो गया, अहरबल में लोग कम आते थे, अहरबल में आजकल बहुत ज्यादा टूरिज्म है। फिर उसके बाद ये जो है यूसमर्ग, उसमें बहुत ज्यादा, दूध पथरी, उसमें बहुत ज्यादा टूरिज्म है, गुलमर्ग में बहुत ज्यादा टूरिज्म है, डेक्सुम में, सिमथन टॉप में, और कुकरनाग, वेरीनाग, अच्छाबल, इन तमाम जगहों में जो है टूरिज्म बहुत ज्यादा है। और यहाँ पे जो हब है वो ज्यादातर डिस्ट्रिक्ट अनंतनाग जो है ना, उसमें ज्यादातर टूरिज्म होता है, या फिर डिस्ट्रिक्ट बारामूला में, दो ही डिस्ट्रिक्ट अच्छा। है, तीसरे बडगाम, बडगाम डिस्ट्रिक्ट तीसरे नंबर पे आता है टूरिज्म के अच्छा, लिहाज से। तो मुझे बताइए बारामूला में लोग क्या देखने जाते हैं, वहां कौन सा टूरिस्ट स्पॉट है? गुलमर्ग है, और वो झील है, क्या नाम कहते हैं, मनसाबल। अच्छा, वो बारामूला में पड़ता है गुलमर्ग। जी 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 अच्छा, मैं तो अभी आपको बताऊं, जब मैं जून में आई थी तो इतनी रश था, इतना रश, आपको पता है वो समर वेकेशन थी, पूरी दुनिया जैसे वहीं पे गई हुई थी। मैं टिटवाल गई थी एक्चुअली, अच्छा मैं अच्छा गुलमर्ग भी गई थी। अच्छा हाँ जी, अच्छा पहलगाम भी आई थी मैं। जी तो वहां पे क्या हुआ कि टिकट नहीं मिल रही थी गंडोला की, लेकिन चलो शुक्र है कि अपनी फैमिली के ही कोई लोग थे, और आपको पता है आजकल ऑनलाइन होती है, मगर कैसे भी जी करके फिर चलो हमें मिल गई। उसके बाद हाउस बोट अच्छी वाली नहीं कोई मिल रही थी, क्योंकि इतना रश था, और मैं डल लेक से भी लाइव आई थी, मैंने दिखाया था अपने परिवार को कि कितना अच्छा रश, मतलब मजा आ गया। और जिस दिन हम वापस आए ना, उस दिन ईद थी, तो इवन हम टिटवाल गए तो सोपोर कुपवाड़ा सारा क्रॉस करके गए, तो इतना रश था बाजारों में, इतना रश कि मतलब वो तो खैर जो देख रहे थे सबको पता चल गया कि कैसा माहौल है, और बिल्कुल आम ही है, और बहुत अच्छे से सब लोग रह रहे थे, और बहुत अच्छा भी लगता है। आप देखिए बच्चे कश्मीर के कितना अच्छा कर रहे हैं स्पोर्ट्स में, आप देखिए कहाँ कहाँ जा रहे हैं, पायलट बन रहे हैं, तो मतलब हम न्यूज में भी देखते हैं, नेशनल न्यूज में लड़कियां देखो अपनी बच्चियां कितनी दूर दूर जा रही हैं इंटरनेशनल स्पोर्ट्स में, तो बिल्कुल बड़ा अच्छा बिल्कुल। लगता है मुझे लगता है। एक्चुअल में जो मेरी फैमिली है, जिस फैमिली से मैं बिलोंग करता हूँ, उसमें जी हमारे तकरीबन नियर अबाउट 8 IAS ऑफिसर हैं, 8, और 21 अच्छा, KS ऑफिसर हैं, ओ माय गॉड, तो और उसके बाद डॉक्टर्स भी हैं, अच्छी अच्छी पोस्टिंग में है। बेसिकली मेरा जो डिस्ट्रिक्ट था वो पुंछ था, मैं डिस्ट्रिक्ट पुंछ के तहसील मेंढर से बिलोंग करता हूँ, और फिर बाद में अच्छा, मैंने यहाँ पे 2009 में सेटलमेंट किए, यहाँ पे कुलगाम में। नहीं तो फिर तो आप
पहाड़ी तो आती होगी ना थोड़ी बहुत ही, जैसे मेंढर के लोग बोलते हैं। हमने वही तो, मैंने आपकी पहाड़ी लैंग्वेज सुन के ही ज्वाइन किया। शुक्रिया। ये देखिए कितनी कशिश होती है। हाँ, ये जो अपनापन महसूस हो जाता है ना, ये जो अपनाइयत है ना, ये कशिश, ये अपनी जुबान, अपने कल्चर। वाह, तो अब आपको कश्मीरी भी पूरी आती है? हाँ, तकरीबन वो तक तो नहीं है, लेकिन तोड़ मोड़ के कुछ वो सलाम अलैकुम वालेकुम सलाम कर लेता हूँ अरे मैं। चलिए, बहुत बहुत शुक्रिया, और बड़ा अच्छा लगा आपसे बात करके। और आपने देखिए कहा कि आपकी फैमिली में तो मतलब 8 IAS ऑफिसर्स, 20-21 JKS ऑफिसर्स, मुझे लगता है J&K में गवर्नमेंट ही आपकी है पूरी। हाँ, अल्लाह अल्लाह ताला की नवाजिश है, अल्लाह ताला की नवाजिश। बिल्कुल बिल्कुल, बहुत शुक्रिया, बहुत शुक्रिया। आपका शुभ नाम क्या है? डॉक्टर मोहम्मद अरशद। डॉक्टर मोहम्मद अरशद, बहुत शुक्रिया, थैंक यू सो मच, आपने हमें ज्वाइन किया, बहुत अच्छा लगा आपसे बात करके, थैंक यू। थैंक यू, अल्लाह हाफिज। सो नीलम जी भी जुड़ी यहाँ से, करने पूछा। सिकंदर है आप सब। गेस्ट देखा कि सिकंदर है साहब की, मैं अप्रूवल पे चले इंसिस्ट, बिकॉज बहुत ज्यादा लंबी लिस्ट हुई। ओहो, सिकंदर हयात साहब की रिक्वेस्ट कर सा कि प्लीज मड़की एक बारी फिर रिक्वेस्ट पे जा। एक कुसा और रिक्वेस्ट पे जिसी उन्हें की मैं ऐड की कोशिश की थी, लेकिन उन्हें ना कुछ प्रॉब्लम था। उन्होंने कुछ टेक्निकल इश्यू था, बस मैं फटाफट एक दो और मेहमान की इंसान, और उसके बाद मैं कल अगले हफ्ता फिर गाल करने हैं। वैसे भी ऐसा ना वीकली प्रोग्राम होना, एक्चुअली बुधवार ही होना, लेकिन बुधवार ही कल मैं थोड़ी बिजी थी, शामी में सोचा आज ये प्रोग्राम करनी। कोई और ऐसे ने मेहमान इन्हें लेने, देखो उन्हें ना इंटरनेट ना क्या है चक्कर है। शौकत महमूद साहब, सलाम रोमी जी में शौकत फ्राम पोठी छपड़ियाँ, बहुत शुक्रिया शौकत साहब, ज्वाइन की तो नहीं करी। शायद कश्मीरी साहब, डॉक्टर अरशद साहब, बहुत अच्छा लगा। बिल्कुल जी, मैं क्या पावड़ा चंगा लिया। सिंह परशोत्तम जी, हेलो मैम, बाजी टॉक टू मी, फसल सरफराज साहब। अच्छा देखा, ये शायद मड़े गैस जड़े देना बेचारे, एडिंग एडिंग है ना लेना, पता नहीं ऐड हो लेके नहीं। मैं रिक्वेस्ट ये करना चाहनी सिकंदर हयात साहब की, क्या तुस मड़की दोबारा प्लीज भेज जा। हाँ जी, सिकंदर हयात साहब ऐड हो ले, और बाकी जुड़े दो तीन रिक्वेस्ट मड़की दिया। नईम सोजन साहब, अस्सलाम वालेकुम, ठीक हो? सो फाइनली सिकंदर, अस्सलाम वालेकुम। नमस्कार जी, नमस्कार, वालेकुम सलाम, ठीक हो? बिल्कुल ठीक ठाक, माजरा ख्याल कर नहीं सका था, मेरे भी था, मैं अपनी जुबान में गल करना उस सवाल। नहीं, अपनी जुबान ही गल जड़ी होनी ना, उस ना लागे मजा होना, लेकिन तुझ नेरे ही किया दिया पहले, मैं की रसा। मैं इस वक्त बाहर पार्क में बैठा हूँ, तो प्रोग्राम देखी तो मैं तो रह ही ना गया। बहुत शुक्रिया, मतलब मैं चल शुक्र गुजार हूँ उस रब्बा नहीं के, रब्बा मड़की बाकी करी।
जी तुझ यकीन करा, तुझ यकीन करा के मैं पिछले साल तू ज्यादा सिकंदराज साहब, तुसनी आवाज नहीं है नी कुछ। पहले तो शुरू चंगी सी, उनकी कटना हुन ले नी गलबात। हेलो, नहीं रविंद्र पंडिता जी, ये पावर कट नहीं है, वो पार्क में बैठे हैं। तो चलो, थैंक गॉड कि इतना प्यार मिलता है कि जो यहाँ बैठा होता है वहीं से जब मैं लाइव आती हूँ सब ज्वाइन करने की कोशिश करते हैं। तो सिकंदर आज साहब भी ऐसे देखा कि बड़ी खुशी जाहिर करने लेन से, लेकिन वो पार्क ही बैठे ने जिया उन्हें आया तक गल बात पूरी नहीं हुई। और मैं तुसे दसा कि रविंद्र पंडिता जी असें की ज्वाइन किया, रविंद्र पंडिता जी जेडे दे एक कुसे तारुफ ने मोहताज नहीं दे, इतनी अजीम शख्सियत और इतने प्यारे इंसान के मतलब बिल्कुल आने ना के धरती कने जुड़े ने, और अपने कल्चर ने करीब बहुत काम कर ले ने। शारदा पीठ कोई अनजान नहीं दा, माँ शारदा ने करिए बहुत समर्पित दे। इटवाल जड़ी में गई सीस बेसिकली, उत्थे जड़ी ने माँ शारदा ने स्थापना की थी, मैं उसने दर्शन किया गई सीस। और इतना अच्छा इंतजाम इन्हें उत्थे रखा ना के मैं इसके जड़े भी लोग ऐसे ने इस पास सुनने लेने देखने लेने, पूंछ हो राजौरी हो कश्मीर हो जम्मू है, सारे की गेना चाहिए, जरूर उत्थे दर्शन करने चाहिए और एक अलग तरह ना उत्थे सुकून लभना ऐसी कोई शक नहीं था। और सारी मेहनत जड़ी दी और रविंद्र पंडिता जी ने दी, अस बिल्कुल बड़ी जल्दी कुछ दिन इन्हें ना स्पेशल प्रोग्राम अपने पेज ऊपर करने हैं। सो अनिल रैना जी, राम राम, राम राम जी। यकीन करो ना करो, मैंने बहुत खुशी हुई सिकंदरा आज जी आ लेने के, तुसी यकीन करो ना करो मेरी बड़ी खुशी हुई। बहुत शुक्रिया सिकंदरा आज जी, तुस प्लीज जिला कुत्ते लोई च गेले ना तो अस तुसे कने गल बात जरूर करने हैं, तुसे ना एक्चुअली इंटरनेट ना इश्यूज आ उठे गल नहीं हुई। सिंह परशोत्तम जी और कि मैं भेजा फॉलो मेरा फॉलो हुआ। सिंह परशोत्तम जी की मैं ऐड कर लेनी, दो मैं मान मड़े और दे, मैं सारे की रिक्वेस्ट कर सा प्लीज उन तुस ना भेजिया मड़की। इसलिए काफी लंबा प्रोग्राम हुई सी, फिर अस अगले हफ्ता फिर गल करने हैं। सो सिकंदर आज जी बहुत शुक्रिया, बहुत शुक्रिया। और डेफिनेटली तुसे कने एक बारी अस बिल्कुल गल करने हैं दोबारा जिसलिए भी तुस नेट ने एरिए च होया। सो मुझे लगना कि इन्हें ना भी कुछ इशू दा नेट ना सिंह परशोत्तम जी ना। ये एक्चुअली एडिंग ना चलना ले ना ता मड़े दुए मेहमान जड़े दे वो ऐड नहीं हो सकने उस पार हमारे प्यारे कश्मीरियों को। सलाम, वालेकुम सलाम सारे की मड़ा। सो तुसमें की दस्या कि तुसें की ये प्रोग्राम केजा लग्या अज दा, मैं नवा प्रोग्राम हुन स्टार्ट किया ना पिछले 4-5 हफ्ते ना, सांझी मिट्टी सांझे लोग सांझा दर्द है ना, ये इस प्रोग्राम ने मुतालिक अस इसने अस गलबात करने हैं जड़े में के लाइव ऑडियंस इच इन्नी स। तुस मन की दस्या अगर तुसें कि प्रोग्राम चंगा लग्या तो अस इसकी कंटिन्यू करने हैं, बेसिकली पीपल टू पीपल कनेक्ट रहा। जी
ਇੱਕ ਅਸਲੀ ਮਹਿਮਾਨ ਐਕਚੁਅਲੀ ਐਡ ਹੋਣ ਲਏ ਨੇ, ਦਹਿਨੀਸ ਮੇ ਉਹ ਨਹੀਂ ਐਡ ਹੋਈ ਹੈ ਸ਼ਾਇਦ ਜੀ। ਨਮਸਕਾਰ, ਅਸਲਾਮ ਵਾਲੇਕੁਮ, ਠੀਕ ਹੋ ਤੁਸੀਂ? ਵਾਲੇਕੁਮ ਸਲਾਮ, ਇਹ ਸਭ ਅੱਲਾਹ ਦਾ ਸ਼ੁਕਰ। ਨੇ ਪਰਿਵਾਰ ਨਾ ਹਿੱਸਾ ਬਣੀਏ ਨੇ, ਉਨਾਸੀ ਨੇ ਕਿ ਮਹਿਮਾਨ ਨੇ ਨਾ ਆ ਸਕਨੇ, ਕਿਉਂਕਿ ਦੋ ਤਿੰਨ ਵਾਰੀ ਅਸੀਂ ਸਾਹਮਣੇ ਗੱਲਬਾਤ ਹੋਈ ਹੈ ਨਹੀਂ ਅਸੀਂ ਨੇ। ਘਰ ਸਭ ਠੀਕ ਠਾਕ ਜੀ? ਹਾਂਜੀ, ਸਭ ਖਰੀਏ, ਸਭ ਅੱਲਾਹ ਸ਼ੁਕਰ, ਠੀਕ ਠਾਕ ਅਲਹਮਦੁਲਿਲਾ। ਸਭ ਤੁਸੀਂ ਠੀਕ ਹੋ? ਸ਼ੁਕਰ ਹੈ ਜੀ ਜੀ ਬਿਲਕੁਲ ਠੀਕ। ਮੈਂ ਉਹ ਤੁਸੀਂ ਨਾਂ ਦੇਖਿਆ ਤਾਂ ਹੁਣ ਮੈਂ ਕਿ ਥੋੜਾ ਨਾਂ ਵੀ ਯਾਦ ਹੋਈ ਆ, ਤਾਂ ਮੈਂ ਚਲੋ ਲਾਈਵ ਇੰਨੇ ਆ ਥੋੜੀ ਗੱਲਬਾਤ ਕਰੀ ਨੇ। ਔਰ ਚਲੋ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਮਿਹਰਬਾਨੀ। ਅਰੇ ਅਸਲ ਇਸ ਰਾਤੀ ਅੱਜ ਮੈਂ ਇੱਕ ਮਸਲਾ ਡਿਸਕਸ ਕਰਨਾ ਚਾਹਣਾ ਸਾਂ। ਜੀ ਉਹ ਇਹ ਸੀ ਕਿ ਸਾਡੇ ਇੱਥੇ ਸਮਾਨੀ ਤੋਂ ਇੱਕ ਲੜਕਾ ਸੀ, ਉਹ ਜ਼ਹਿਨੀ ਤੌਰ ਤੇ ਠੀਕ ਨਹੀਂ ਸੀ, ਉਸ ਘਰ ਦੀ ਪ੍ਰੋਬਲਮ ਸੀ ਉਸਨੀ। ਓਕੇ, ਉਹ LOC ਕ੍ਰਾਸ ਕਰ ਗਿਆ ਤੇ ਨੌਸ਼ਹਿਰਾ ਚਲਾ ਗਿਆ, ਕਦੋਂ? ਕੋਈ ਹਫ਼ਤਾ ਹੀ ਹੋ ਗਿਆ, ਅੱਛਾ, ਓਕੇ, ਪਿਛਲੇ ਵੀਕ ਦੀ। ਅੱਛਾ, ਮੈਂ ਕਿਉਂਕਿ ਬੇਸ਼ੁਮਾਰ ਤੁਸਾਂ ਨੇ ਉਸ ਕਸ਼ਮੀਰ ਤੋਂ ਵੀ ਜਿਹੜੇ ਲੋਕ ਸੁਣਨੇ ਹੋਣਗੇ, ਨੌਸ਼ਹਿਰਾ ਤੋਂ ਵੀ ਸੁਣਨੇ ਹੋਣਗੇ, ਬਿਲਕੁਲ ਬਿਲਕੁਲ। ਉਹ ਮੇਰਾ ਦੂਰ ਤੋਂ ਕਰੀਬ ਤੋਂ ਤਾਂ ਨਹੀਂ, ਲੇਕਿਨ ਰਿਲੇਟਿਵ ਵੀ ਹੈ ਲੜਕਾ ਜਿਹੜਾ ਨਾ, ਮੇਰਾ ਰਿਸ਼ਤੇਦਾਰ ਹੈ ਮੇਰਾ। ਅਗਰ ਮੈਂ ਸਮਝਣਾ, ਉਹ ਜਿਹੜੀ ਖਬਰਾਂ ਸਨ, ਮੈਂ ਹੁਣ ਵੀ ਥੋੜ੍ਹੀ ਦੇਰ ਪਹਿਲਾਂ ਸੁਣ ਰਿਹਾ ਸਾਂ ਇੱਕ, ਕਿ ਉਹ ਕੋਈ ਨੌਸ਼ਹਿਰੇ ਤੋਂ ਦੱਸ ਰਹੇ ਸਨ ਕਿ ਉਹ ਆਰਮੀ ਜਿਹੜਾ ਉਹ ਸੀਗੀ, ਪਹਿਲਾਂ ਉਹ ਕੈਂਪ ਵਿੱਚ ਲੈ ਕੇ ਗਏ ਤੇ ਉੱਥੋਂ ਦੁਬਾਰਾ ਉਹਨਾਂ ਨੌਸ਼ਹਿਰਾ ਪੋਲੀ ਜਿਹੜੀਆਂ ਥਾਣੇ ਵਿੱਚ ਉਹਨਾਂ ਉਸਕੀ ਦੇ ਦਿੱਤਾ ਹੈ। ਓਕੇ, ਮੈਂ ਰਿਕੁਐਸਟ ਕਰਾਂਗਾ ਅਗਰ ਨੌਸ਼ਹਿਰੇ ਨੇ ਜਾਂ ਜਿਹੜੇ ਕੋਈ ਅਗਰ ਹੈ ਤਾਂ ਉਸਨੀ ਪਲੀਜ਼ ਉਸਨੀ ਹੈਲਪ ਕਰਨ, ਉੱਥੇ ਕਸ਼ਮੀਰੀ ਹੈ ਤੇ ਐ ਉਹ ਬਿਲਕੁਲ ਮਤਲਬ ਹੈ ਜ਼ਹਿਨੀ ਤੌਰ ਤੇ ਉਸਨੇ ਸ਼ਾਦੀ ਹੋਈ ਸੀ, ਕੋਈ ਘਰ ਦੀ ਪ੍ਰੋਬਲਮ ਬਣੀ, ਮਿਸਿਸ ਵੀ ਉਹ ਤਲਾਕ ਦੇ ਗਿਆ, ਛੋੜ ਗਿਆ ਆਪਣੀ ਮਿਸਿਸ ਦੀ, ਵੀ ਬੱਚੇ ਵੀ ਐਸੈਂਸ, ਉਹ ਉਸਨੇ ਬੱਚੇ ਵੀ ਜਾਰੇ ਬੜੇ ਪਰੇਸ਼ਾਨੀ ਪ੍ਰੋਬਲਮ ਵਿੱਚ ਜ਼ਾਹਿਰ ਹੈ, ਘਰ ਨੇ ਵੀ ਪਰੇਸ਼ਾਨ। ਦੂਸਰਾ ਭਾਈ ਹੈ ਉਸਨੂੰ, ਉਹ ਵੀ ਫਿਜ਼ੀਕਲੀ ਜਿਹੜਾ ਉਹ ਮਜ਼ਦੂਰ ਹੈ, ਦੋ ਹੀ ਭਾਈ ਸਨ। ਅਗਰ ਕੋਈ ਨੌਸ਼ਹਿਰਾ ਤੋਂ ਅਗਰ ਸੁਣਨੇ ਪਲੀਜ਼ ਉਸਨੀ ਹੈਲਪ ਕਰਨ, ਉਸਨੀ ਜਿਹੜੀ ਵੀ ਕੋਈ ਕਾਨੂੰਨੀ ਹੈਲਪ ਹੈ ਤੁਸੀਂ ਅਗਰ ਵਾਪਸ ਭੇਜ ਦਿੰਦੇ ਤਾਂ ਮਿਹਰਬਾਨੀ, ਉਸੀ ਕਾਨੂੰਨੀ ਪ੍ਰੋਸੈਸ ਅੱਛਾ ਮੈਂ ਜੀ ਜੀ ਕਾਨੂੰਨੀ ਪ੍ਰੋਸੈਸ ਤੋਂ ਬਾਅਦ ਹੀ ਹੋਵੇਗਾ ਜਿਹੜੀ ਵੀ ਗੱਲ ਹੈ, ਜੀ ਲੇਕਿਨ ਅਗਰ ਉਸ ਤਾਂ ਮਿਲਣ ਜਾ ਗਿਆ ਉਸੀ, ਚਲੋ ਕੋਈ ਉਸਕੀ ਕੋਈ ਦੇਖਭਾਲ ਕਰਨ, ਲੇਕਿਨ ਜੋ ਵੀ ਮੁਮਕਿਨ ਹੋਣਾ ਹੈ। ਦੇਖਾ ਮੈਂ ਕਿ ਉਮੀਦ ਦੀ ਕਿ ਬੱਚਾ ਵਾਪਸ ਸੇਫ ਗਿਆ ਸੀ ਟੀ ਪਾਰ, ਕਿਉਂਕਿ ਪਹਿਲੇ ਵੀ ਤੁਸੀਂ ਦੇਖਾ ਕਿ ਇੱਕ ਵਾਰੀ ਸ਼ਾਇਦ ਦੋ ਬੱਚੀਆਂ ਆਈਆਂ ਸੀ, ਔਰ ਉਸ ਤੋਂ ਪਹਿਲੇ ਵੀ ਇੱਕ ਦੋ ਵਾਰੀ ਬੱਚੇ ਆਏ ਸੇ। ਇੱਕ ਵਾਰੀ ਮੈਂ ਕਿ ਕੁਸਾ ਫੋਨ ਕੀਤਾ ਸੀ, ਹੈ ਨਾ, ਕਿ ਜ਼ਹਿਨੀ ਪ੍ਰੋਬਲਮ ਸੀ ਇੱਕ ਬੱਚੇ ਕੀ, ਉਹ ਆਏ ਸੇ ਇਧਰ ਕ੍ਰਾਸ ਕਰੀ ਐਸਾ, ਔਰ ਵਾਪਸ ਇਹਨੇ ਭੇਜੀ ਉੜਿਆ ਸਾ। ਪੁੱਛ ਪਰਤੀ ਤੈਅ ਕਰਨੇ ਤੇ ਤੁਸੀਂ ਕੀ ਪਤਾ ਕਿ ਕਿ ਡਿਸਪਿਊਟਡ ਦਾ ਵਈ ਅਸੇ ਨੇ ਜਿਹੜੀ ਲਾਈਨ ਦੀ, ਬਿਲਕੁਲ ਬਟ ਬੱਚੀਆਂ ਵੀ ਦੋ ਵੀ ਇੱਥੇ ਇਸ ਸਮਾਣੀ ਨਹੀਂ ਸਨ, ਔਰ ਇੱਕ ਬਿਲਕੁਲ ਇੱਕ ਲੜਕਾ ਸੀ, ਬਲਕਿ ਉਹ ਛੋਟਾ ਬੱਚਾ ਸੀ, ਕੋਈ 5-6-7 ਸਾਲ, 6-1 ਸਾਲ ਨਾ। ਉਹ ਦੂਸਰਾ ਸੀ ਗੁੰਗਾ ਸੀ, ਬੋਲ ਨਹੀਂ ਸੀ ਸਕਣਾ, ਔਰ ਉਹ ਵੀ ਗਿਆ ਸੀ, ਉਹ ਵੀ ਵਾਪਸ ਆ ਗਿਆ, ਬਿਲਕੁਲ ਉਹ ਦੱਸ ਨਹੀਂ ਸਕਣਾ ਮੈਂ ਐ ਮੈਂ ਕਿੱਥੋਂ ਆ। ਦੁਬਾਰਾ ਉਹ ਉੱਥੇ ਜਾ ਕੇ ਉਸਦੀ ਉਹ ਪੜ੍ਹਿਆ ਵੀ, ਉਹ ਕਿਸੇ ਸਕੂਲ ਵੀ ਜਿਹੜਾ ਹੈ ਸਪੈਸ਼ਲ ਸਕੂਲ ਵੀ ਪੜ੍ਹਿਆ, ਉਸ ਤੋਂ ਬਾਅਦ ਉਸ ਜਦੋਂ ਪੜ੍ਹਨ ਆਇਆ ਤਾਂ ਫਿਰ ਉਸਨੇ ਉਸ ਦੱਸਿਆ ਕਿ ਮੈਂ ਵੀ ਉਧਰੋਂ ਆ, ਫਿਰ ਉਹ ਦੁਬਾਰਾ ਵਾਪਸ ਕੀਤਾ ਉਸਨੇ ਥਰੂ ਵਾਡਾ ਬਾਗ ਜਿਹੜੀਆਂ ਵਾਗਾ ਬਾਰਡਰ, ਉਹ ਫਿਰ ਜੀ ਲਾਹੌਰ ਆਇਆ ਤੇ ਲਾਹੌਰ ਤੋਂ ਫਿਰ ਉਸਨੇ ਜਿਹੜਾ ਨਾ ਲਾਹੌਰ ਵਾਲੇ ਵੀ ਪਤਾ ਨਹੀਂ ਸੀ ਕਿਉਂਕਿ ਉਹ ਜਾਣਨਾ ਨਹੀਂ ਸੀ ਕੁਝ ਵੀ, ਨਾ ਵਾਲਦੈਨ ਨੇ ਨਾ ਨਾ ਕੁਝ,
ਲਾਹੌਰ ਤੋਂ ਫਿਰ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਪਤਾ ਚੱਲਿਆ ਵੀ ਉਹ ਬੱਚਾ ਸਾਡੇ ਇਲਾਕੇ ਨਾਲ ਇਹ ਉਸੇ ਜਗ੍ਹਾ ਤੋਂ ਜਿਹੜਾ ਹੁਣ ਜਿਸ ਇਸ ਲੜਕੇ ਨੂੰ ਉਸੇ ਜਗ੍ਹਾ ਤੋਂ ਬਾਰਡਰ ਕ੍ਰਾਸ ਕੀਤਾ ਹੈ। ਅੱਛਾ, ਮੈਂ ਦੱਸਾਂ ਕਿ ਇਹ ਕਿਸ ਤਰ੍ਹਾਂ ਜੋ ਬਾਰਡਰ ਕ੍ਰਾਸ ਕਰੀ ਉਹਨੇ, ਮਤਲਬ ਇਹ ਇੰਨੀ ਢਿੱਲਦੀ ਉੱਥੇ ਤਾਂ ਫਿਰ ਆਸ ਵੀ ਚੱਕਰ ਲਾਈ ਸਕਦੇ ਹਨ। ਨਹੀਂ ਅਸਲ ਬਾਰਡਰ ਕੋਈ ਇਤਨਾ ਤਾਂ ਨਹੀਂ ਹੈ, ਦੇਖੋ ਬਾਅਦ ਜਗ੍ਹਾ ਤੋਂ ਜਿਹੜੇ ਮੋਰਚੇ ਵਗੈਰਾ ਜਿਸੀ ਆਖਣੇ ਆ ਸਰ ਉਹ ਤਾਂ ਫਾਸਲੇ ਪੈਣ, ਕੋਈ ਬਾਅਦ ਜਗ੍ਹਾ ਤੋਂ ਤਾਂ ਉਹ ਅੱਧਾ ਅੱਧਾ ਕਿਲੋਮੀਟਰ ਦੇ ਫਾਸਲੇ ਪੈਣ, ਔਰ ਹਾਲਾਤ ਕਿਉਂਕਿ ਹੁਣ ਨਾਰਮਲ ਹਨ, ਸੀਜ਼ ਫਾਇਰ ਹੈ ਬਿਲਕੁਲ ਹੀ, ਇਸ ਲਈ ਜੋ ਦੋਵਾਂ ਤਰਫੋਂ ਜਿਹੜੇ ਆਰਮੀ ਵਾਲੇ ਬੰਦੇ ਨੂੰ ਵੀ ਥੋੜੇ ਈਜ਼ੀ ਈਜ਼ੀ ਹੋਣੇ ਨੇ ਹਰ ਵੇਲੇ ਉਹਨਾਂ ਦੀ ਕੋਈ, ਕਿਉਂਕਿ ਵੈਸੇ ਤਾਂ ਕੋਈ ਐਸੀ ਵੈਸੀ ਗੱਲ ਨਹੀਂ ਹੋਣੀ। ਅੱਛਾ, ਲੇਕਿਨ ਇੱਕ ਗੱਲ ਹੈ ਕਿ ਹਮੇਸ਼ਾ ਇਹ ਕੋਈ ਐਸਾ ਹੋਇਆ, ਮੈਂ ਅੱਜ ਵੀ ਆਪਣੇ ਦੋਸਤਾਂ ਦਾ ਜ਼ਿਕਰ ਕਰ ਰਿਹਾ ਸਾਂ, ਹਮੇਸ਼ਾ ਸਾਰੇ ਲੋਕ ਸਾਡੀ ਤਰਫ ਵੀ ਲੋਕ ਉਧਰ ਜਾ ਰਹੇ, ਉਧਰੋਂ ਕਦੇ ਇਧਰ ਨਹੀਂ ਆਏ, ਦੇਖਾ ਦੁਸ਼ਹਿਰੇ ਤੋਂ ਅੱਜ ਦਿਨ ਤੱਕ ਕਦੇ ਕੋਈ ਬੰਦਾ ਇਧਰ ਨਹੀਂ ਆਇਆ। ਇਸ ਗੱਲ ਹੁਣ ਮੈਂ ਆਈ ਸਕਨੀ ਕਿ ਮਤਲਬ ਸਾਰੇ ਇਧਰ ਇਹਨਾਂ ਚਾਹੁੰਦੇ ਔਰ ਇਧਰ ਸਾਰੇ ਕੀ ਜ਼ਿਆਦਾ ਚੰਗਾ ਲੱਗਣਾ, ਇਹ ਚੀਜ਼ ਮੈਂ ਆਈ ਸਕਨੀ। ਨਹੀਂ ਨਹੀਂ ਚਲੋ ਉਹ ਤਾਂ ਗੱਲ ਠੀਕ ਹੈ, ਵੈਸੇ ਤਾਂ ਵੀ ਨੰਦਨ ਸਾਹਿਬ ਆਏ ਤਾਂ ਵਾਪਸ ਕਿਤੇ ਸਨ, ਉਹ ਸਮਾਣ ਹੀ ਆਏ ਸਨ। ਹਾਂਜੀ, ਨਹੀਂ ਉਹ ਤੇ ਉਹ ਕੁਛ ਅਲੱਗ ਹਿਸਾਬ ਕਿਤਾਬ ਸਾ, ਲੇਕਿਨ ਇਹ ਜਿਹੜੇ ਬਾਰ ਬਾਰ ਇਹਨੇ ਲੈਣੇ ਇਹਨਾਂ ਨਾਲ ਹਿਸਾਬ ਕਿਤਾਬ ਲੱਗਦਾ ਨਾ। ਸੋ ਮੈਂ ਕੀ ਪੂਰੀ ਉਮੀਦ ਦੀ ਜਿਹੜੀ ਤੁਸੀਂ ਆਨਿਆ, ਵੈਸੇ ਅਗਰ ਤੁਸੀਂ ਕੀ ਡੇਟ ਵਗੈਰਾ ਪਤਾ ਹੋਇਆ, ਤੁਸੀਂ ਇਸ ਬੱਚੇ ਨੂੰ ਮੜਕੀ ਡੇਟ ਭੇਜਿਓੜਿਆ ਔਰ ਡੇਟ ਨਾ ਪਤਾ ਕਿਹੜੇ ਗ੍ਰਾਈਨਾਂ ਦਾ ਭਾਵੇਂ ਠੀਕ ਹੈ, ਤੁਸੀਂ ਕਮੈਂਟ ਚ ਵਿੱਚ ਲਿਖੀ ਓੜਿਆ। ਨਹੀਂ ਸਮਾਨ ਨਹੀਂ ਰਹਿਣਾ ਰਹਿਣ ਸਮਾਨ ਹੀ ਪ੍ਰੋਪਰ ਹੀ ਸਮਾਨ, ਨਹੀਂ ਨਹੀਂ ਕਿਹੜੇ ਦਿਨ ਕ੍ਰਾਸ ਹੋਇਆ ਹੈ। ਚਲੋ ਉਹ ਤਾਂ ਮੈਂ ਕਰ ਦੇ ਸਾਨੂੰ ਐਗਜ਼ੈਕਟ ਜਿਹੜਾ ਉਹ ਪੁੱਛਣਾ, ਉਸ ਭਾਵੇਂ ਕਮੈਂਟਸ ਵਿੱਚ ਲਿਖ ਜੋੜਿਆ ਔਰ ਉਸਨਾ ਨਾ ਔਰ ਕਿਹੜੇ ਦਿਨ ਕ੍ਰਾਸ ਹੋਇਆ। ਬਾਕੀ ਚਲੋ ਜਿਹੜੇ ਜਿਸ ਤਰ੍ਹਾਂ ਹੁਣ ਮੈਂ ਤੁਸੀਂ ਗੱਲ ਕਰਨੇ ਹਨ ਸਾਰਿਆਂ ਦੇ ਖਲੇ ਨਾ ਕੋਈ ਨਾ ਕੋਈ, ਆਈ ਐਮ ਸ਼ੋਰ ਕਿ ਜ਼ਰੂਰ ਦੇਖ ਸੀ ਡਿਪਾਰਟਮੈਂਟ ਨਾ, ਔਰ ਮੇਰੀ ਪੂਰੀ ਉਮੀਦ ਦੀ ਕਿ ਵਾਪਸ ਉਸਕੀ ਵੀ ਠੀਕ ਠਾਕ ਜਿਹਾ, ਬਾਕੀ ਬੱਚੇ ਗਏ ਜਿਹੜੇ ਉਧਰ ਇਧਰ ਆਏ ਸੇ ਬੱਚਾ ਵੀ ਵਾਪਸ ਗਏ ਸੀ ਠੀਕ। ਤੇ ਬਾਕੀ ਚਲੋ ਅੱਗੇ ਹੁਣ ਇਹਨਾਂ ਦੀਆਂ ਕਾਰਵਾਈਆਂ ਤੁਸੀਂ ਹੀ ਪਤਾ ਆਪਣੇ ਹਿਸਾਬਾਂ ਨਹੀਂ ਹੋਣੀਆਂ ਹੈ ਨਾ, ਅਸ ਰਿਕੁਐਸਟ ਕਰ ਸਕਦੇ ਹਾਂ ਔਰ ਰਿਕੁਐਸਟ ਕਰਨੇ ਲੈਣੇ ਇਸ ਪ੍ਰੋਗਰਾਮ ਨੇ ਥਰੂ ਕਿ ਚਲੋ ਜਿਹੜਾ ਬੱਚਾ ਗਲਤੀ ਕਰਨ ਇਧਰ ਆਇਆ ਠੀਕ, ਉਸਕੀ ਵਾਪਸ ਭੇਜੋੜਾ ਠੀਕ ਠਾਕ ਆਪਣੇ ਘਰ ਠੀਕ ਹੈ ਜੀ। ਸਹੀ ਹੈ, ਚਲੋ ਬਹੁਤ ਸ਼ੁਕਰੀਆ, ਮੈਂ ਅੱਜ ਇਸ ਵਜ੍ਹਾ ਤੋਂ ਮੈਂ ਆਇਆ ਸਾਂ, ਬਹੁਤ ਜੀ ਜੀ ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ। ਸੋ ਅੱਜ ਦਾ ਪ੍ਰੋਗਰਾਮ ਇੱਕ ਲੱਗਣਾ ਕਾਫੀ ਲੰਬਾ ਹੀ ਆ ਔਰ ਇੱਕ ਨਾ ਆਸੇ ਕਰਨੇ ਦੇ ਇਹ ਫਸਲ ਸਰਫਰਾਜ਼ ਮੁਗਲ ਸਾਹਿਬ, ਸਰਫਰਾਜ਼ ਮੁਗਲ ਸਾਹਿਬ ਹੁਣ ਇਹ ਕਰਿਆ ਨਾ ਕਿ ਚਾਹਨੇ, ਲੇਕਿਨ ਇੰਗਲਿਸ਼ ਇਹਨੇ ਨਹੀਂ ਥੋੜੀ ਮੜੀਅਤਰਾ ਦੀ, ਮੈਂ ਕੀ ਨਹੀਂ ਪਤਾ ਇਹ ਕਹਿ ਲਿਖਾ ਲਏ ਨੇ, ਲੇਕਿਨ ਇਤਨੇ ਸਾਰੇ ਮੈਸੇਜ ਭੇਜਾ ਲਏ ਨੇ ਕਿ ਮੈਂ ਕੀ ਕੋਈ ਕਮੈਂਟ ਜ਼ਿਆਦਾ ਹੋਏ ਤਾਂ ਉਸਨੂੰ ਕੋਈ ਪ੍ਰਾਈਜ਼ ਨਹੀਂ ਲੱਗਣਾ, ਕੋਈ ਜੈਨੂਅਨ ਗੱਲ ਕੋਈ ਕਰਾ ਤਾਂ ਚੰਗਾ ਲੱਗਣਾ। ਔਰ ਮੈਂ ਤੁਸੀਂ ਸਾਰਿਆਂ ਕੀ ਇਹ ਚੀਜ਼ ਆਹੀ ਸੀ ਕਿ ਅਗਰ ਤੁਸੀਂ ਚਾਹੁੰਦੇ ਹੋ ਜੇ ਪ੍ਰੋਗਰਾਮ ਕੰਟੀਨਿਊ ਹੋਏ ਨਾ, ਤੁਸੀਂ ਇਸ ਤਰ੍ਹਾਂ ਪਾਰਟੀਸਪੇਟ ਕਰਨਾ ਚਾਹੁੰਦੇ ਹੋ, ਮੈਨੂੰ ਬੜਾ ਅੱਛਾ ਲੱਗ ਸੀ, ਬਟ ਪਲੀਜ਼ ਕੁਛ ਚੀਜ਼ਾਂ ਵਿੱਚ ਇਸ ਤਰ੍ਹਾਂ ਨਹੀਂ ਅਵੋਇਡ ਕਰਨੀਆਂ ਪਹਿਲੀਆਂ। ਔਰ ਅੱਜ ਨਾ ਪ੍ਰੋਗਰਾਮ ਅਸੀਂ ਇੱਥੇ ਖਤਮ ਕਰਨੇ, ਕਾਫੀ ਟਾਈਮ ਹੋ ਗਿਆ ਮੈਨੂੰ ਲੱਗਣਾ। ਸਾਮੀ ਰਾਜਪੂਤ ਬਾਈ ਹਾਂ ਸੇ, ਇਹ ਰਿਆਜ਼ ਭੱਟੀ ਸਾਹਿਬ ਆਸਮ, ਔਰ ਇੰਨੀਆਂ ਮੈਂ ਚੀਜ਼ਾਂ ਸਮਝ ਨਹੀਂ ਲੈਣੀਆਂ, ਕਹਿ ਲਿਖਾ ਲਏ ਨੇ ਇਤਨੇ 50-60 ਮੈਨੂੰ ਲੱਗਣਾ ਇੰਨੇ ਲਿਖੀ ਉੜੇ ਉਲੇ ਕਮੈਂਟਸ, ਲੇਕਿਨ ਯੂਜ਼ਲੈਸ ਟਾਈਪ ਕਮੈਂਟਸ। ਸੋ
पीपल टू पीपल कनेक्ट कैन डू वंडर्स. जी 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 सो बहुत सारे मैसेज दे, इन्ने सारे कमेंट्स पढ़ना मुश्किल था. बड़ा चंगा लगे मैं कि आज सारे कने गल करी, और मोहसिन वानी और उन्हें कि मैं नेक्स्ट टाइम इंसान दोबारा, क्योंकि उन्होंने कुछ आवाज नहीं प्रॉब्लम से सिकंदर हयात साहब की, मैं जरूर दोबारा इंसान जो कुदा सिग्नल ले रही है कुदा लोई बेने बेजे ने ओले तबड़ में, कि चंगा लगा कि वो पार्क अच्छी बैठे हैं से, इसका मतलब कि सेहत ना ध्यान रखा लेने वॉक वूक करने वाले. जय शारदा रविंद्र पंडिता जी, सर आपके साथ भी एक प्रोग्राम करना है, और बागा दावत कश्मीर सिकंदर हयात साहब आले ने, नईम सोजम साहब, राकेश अगस्त जी हाले ने, बड़ा चंगा लगे. रोमी जी थैंक यू जी, रोमी जी लुकिंग आसम बिन बाशीर शोभी जी थैंक यू जी. सो अज में उन फिर प्रोग्राम इस में खत्म करनी. सर राकेश साड़ी पुंछी जुबान बड़ी प्यारी थी, बिल्कुल जी बिल्कुल बहुत प्यारी थी. सो बहुत शुक्रिया. और ये जड़े प्रोग्राम खास करी असें हम शुरू कीते पीपल टू पीपल कनेक्ट, मैं उससे सारे की सिर्फ इन्नी चीज आना चाहनी इसके प्लीज इसके तुस खूब शेयर करा ताकि बाकी लोग भी प्रोग्राम देखें और वो भी ऐसे की ज्वाइन कर सकें, वो भी ऐसे करने का बात करें. ठीक है जी. सरदार मुस्तफा साहब बहुत अच्छा प्रोग्राम है, जरूर ऐसे प्रोग्राम होना चाहिए ताकि हम आर पार हम एक दूसरे के दुख दर्द समझ सकें. जी शुक्रिया, बहुत शुक्रिया सारे, अपना बहुत सारा ध्यान रखा और इसकी खूब शेयर करें. थैंक यू.